ਕਲਯੁਗ ਦੇ ਜੀਵਾਂ ਨੂੰ ਤਾਰਨ ਵਾਲੇ ਸਰਬ ਸਾਂਝੀ ਵਾਲਤਾ ਦੇ ਮੁਜਸਮੇ, ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਵਾਲੀਏ ਕੁੱਲ ਆਲਮ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ, ਚਾਵਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਜੁਗੋ ਜੁਗ ਅਟਲ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ, ਦਇਆ ਪਿਆਰ ਤਿਆਗ ਨਿਮਰਤਾ ਦੀ ਮੂਰਤ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਸਾਹਿਬ ਦੇ ਦੀਵਾਨ ਅਸਥਾਨ ਵਾਲੇ ਅਸਥਾਨਾਂ 'ਤੇ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਜਿਨ੍ਹਾਂ 'ਤੇ ਪਾਤਸ਼ਾਹ ਨੇ ਨਦਰੇ ਕਰਮ ਮਿਹਰਾਮਤ ਤਰਸ ਦਇਆ ਬਖਸ਼ਿਸ਼ ਕਰਕੇ ਸਤਸੰਗਤ ਦੀਆਂ ਇਹ ਸੁਹਾਵਣੀਆਂ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ ਨੇ। ਉਹ ਵੱਡਿਆਂ ਭਾਗਾਂ ਵਾਲੇ ਜੀਵ ਹੁੰਦੇ ਨੇ ਜਿਹੜੇ ਸਤਸੰਗਤ ਵਿੱਚ ਆ ਕੇ ਬੈਠਦੇ ਨੇ ਅਤੇ ਮੁੜ ਕੇ ਆਪਣੀ ਸੁਰਤੀ ਨੂੰ ਸ਼ਬਦ ਦੇ ਨਾਲ ਜੋੜ ਲੈਂਦੇ ਨੇ, ਕਿਉਂਕਿ ਸਾਈ ਘੜੀ ਸੁਲੱਖਣੀ ਸਹੋ ਨਾਲ ਵਿਹਾਵੇ। ਜਿਹੜੀ ਘੜੀ ਪਰਮਾਤਮਾ ਦੀ ਯਾਦ ਦੇ ਅੰਦਰ ਬੀਤ ਜਾਵੇ ਉਹ ਥਾਏ ਪੈ ਜਾਂਦੀ ਏ, ਸਫਲ ਹੋ ਜਾਂਦੀ ਏ, ਉਹ ਸੁਲੱਖਣੀ ਭਾਗਾਂ ਭਰੀ ਹੋ ਜਾਂਦੀ ਏ। ਆਪਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨਾਨਕਸਰ ਸਾਹਿਬ ਵਾਲੇ, ਤਿੰਨਾਂ ਦੀ ਰਸਨਾ ਤੋਂ ਅਗੰਮੀ ਬਾਣੀ ਦੇ ਕੀਰਤਨ ਅਤੇ ਗੁਰਮਤ ਵਿਚਾਰਾਂ ਸਰਵਣ ਕੀਤੀਆਂ ਨੇ। ਅੱਜ ਦਾ ਇਹ ਗੁਰਮਤ ਸਮਾਗਮ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਹੈ। ਜੌੜੇ ਤੋਂ ਆਏ ਹੋਏ ਇੱਕ ਛੋਟੇ ਸਿੰਘ ਨੇ ਬੜੀ ਮਿੱਠੀ ਆਵਾਜ਼ ਵਿੱਚ ਕਵਿਤਾ ਪੜ੍ਹੀ ਅਤੇ ਮੇਰੇ ਮਨ ਦੇ ਅੰਦਰ ਇੱਕ ਵਿਚਾਰ ਆ ਰਿਹਾ ਸੀ ਕਿ ਸਾਡੇ ਸਾਰਿਆਂ ਦੇ ਮਨਾਂ ਵਿੱਚ ਇੱਕ ਦੌੜ ਲੱਗੀ ਹੋਈ ਹੈ ਵੀ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਕੂਲ ਵਿੱਚ ਪਾਇਆ ਜਾਵੇ। ਵਧੀਆ ਗੱਲ ਹੈ, ਸਾਧ ਸੰਗਤ ਬੱਚਿਆਂ ਦੀ ਵਿੱਦਿਆ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ। ਐਜੂਕੇਸ਼ਨ ਵਾਲੀ ਜਿਹੜੀ ਬੱਚੇ ਦੀ ਨੀਂਹ ਹੈ ਉਹ ਬੜੀ ਪੁਖਤਾ ਹੋਣੀ ਚਾਹੀਦੀ ਹੈ, ਬੜੀ ਵਧੀਆ ਹੋਣੀ ਚਾਹੀਦੀ ਹੈ। ਪਰ ਨਾਲ ਹੀ ਨਾਲ ਦੂਜਾ ਪੱਖ ਗੁਰਮਤ ਵਾਲਾ, ਜਿੱਥੇ ਸਾਡਾ ਫਰਜ਼ ਬਣਦਾ ਹੈ ਨਾ, ਅਸੀਂ ਜ਼ੋਰ ਲਾਉਂਦੇ ਹਾਂ ਜਿੰਨੀ ਸਾਡੀ ਆਮਦਨ ਹੁੰਦੀ ਹੈ ਉਹ ਤੋਂ ਵੱਧ ਮਹਿੰਗੇ ਸਕੂਲ ਵਿੱਚ ਪਾ ਕੇ ਆਪ ਔਖੇ ਹੋ ਕੇ ਵੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਵਾ ਰਹੇ ਹਾਂ। ਉੱਥੇ ਸਾਡਾ ਗੁਰੂ ਸਾਨੂੰ ਸਾਡਾ ਫਰਜ਼ ਯਾਦ ਕਰਾਉਂਦਾ ਹੈ, ਜਾਂ ਪੰਜ ਪਿਆਰੇ ਸਾਹਿਬਾਨ ਜਦੋਂ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹੁਲ ਛਕੇ ਸੋਈ ਸਿੰਘ ਸੁਜਾਨ ਅਵਰ ਨਾ ਪਹੁਲ ਲਏ। ਜਦੋਂ ਪੰਜ ਪਿਆਰੇ ਸਾਹਿਬਾਨ ਖੰਡੇ ਬਾਟੇ ਦੀ ਪਹੁਲ ਛਕਾਉਂਦੇ ਹੈ ਤੇ ਉਹ ਸਾਡਾ ਇੱਕ ਫਰਜ਼ ਸਾਨੂੰ ਦ੍ਰਿੜ ਕਰਵਾਉਂਦੇ ਗੁਰੂ ਕੇ ਸਿੱਖਾ, ਜਿੱਥੇ ਆਪਣੇ ਬੱਚਿਆਂ ਨੂੰ ਤੂੰ ਅੰਮ੍ਰਿਤ ਦੀ ਦਾਤ ਦਿਵਾਉਣੀ ਆ ਉੱਥੇ ਨਾਲ ਦੀ ਨਾਲ ਗੁਰਬਾਣੀ ਸੰਥਿਆ ਗੁਰਬਾਣੀ ਕੀਰਤਨ ਗੁਰੂ ਇਤਿਹਾਸ ਤੋਂ ਵੀ ਆਪਣੇ ਬੱਚਿਆਂ ਨੂੰ ਜਾਣੂ ਕਰਾਉਣਾ ਹੈ। ਕਿਉਂਕਿ ਜਿੱਥੇ ਸਾਡੇ ਮਨ ਦੇ ਵਿੱਚ ਚਾਹ ਹੈ ਨਾ, ਸਾਡਾ ਬੱਚਾ ਡਾਕਟਰ ਬਣੇ ਚੰਗਾ ਪੜ੍ਹ ਕੇ,
ਵਕੀਲ ਬਣੇ, ਇੰਜੀਨੀਅਰ ਬਣੇ, ਜੱਜ ਬਣੇ, ਵੱਡੀ ਤੋਂ ਵੱਡੀ ਪੋਸਟ 'ਤੇ ਜਾਵੇ, ਉੱਥੇ ਗੁਰੂ ਕੇ ਸਿੱਖਾ ਤੇਰੇ ਮਨ ਦੇ ਵਿੱਚ ਇੱਕ ਹੋਰ ਚਾਅ ਹੋਵੇ, ਮੁਬਾਰਕ ਹੈ ਤੇਰਾ ਬੱਚਾ ਵਕੀਲ ਬਣੇ, ਮੁਬਾਰਕ ਹੈ ਤੇਰਾ ਬੱਚਾ ਡਾਕਟਰ ਬਣੇ, ਮੁਬਾਰਕ ਹੈ ਤੇਰਾ ਬੱਚਾ ਜੱਜ ਬਣੇ, ਮੁਬਾਰਕ ਹੈ ਤੇਰਾ ਬੱਚਾ ਵੱਡੀ ਤੋਂ ਵੱਡੀ ਪਦਵੀ 'ਤੇ ਜਾਵੇ। ਪਰ ਜਦੋਂ ਉਹ ਜੱਜ ਦੀ ਕੁਰਸੀ 'ਤੇ ਬੈਠੇ, ਵਕੀਲ ਦੀ ਕੁਰਸੀ 'ਤੇ ਬੈਠੇ, ਡਾਕਟਰ ਦੀ ਕੁਰਸੀ 'ਤੇ ਬੈਠੇ, ਅਤੇ ਉਹਦੇ ਵਿੱਚ ਬਾਬੇ ਫਤਿਹ ਸਿੰਘ ਦੇ ਝਲਕਾਰੇ ਪੈਣ, ਇੱਦਾਂ ਨਾ ਹੋਵੇ ਘੋਣ ਮੋਣ ਹੋਇਆ ਹੋਵੇ ਅਤੇ ਪਤਾ ਨਾ ਲੱਗੇ ਵੀ ਸਿੱਖ ਦਾ ਬੱਚਾ ਹੈ ਕਿ ਕਿਸੇ ਕੁਮਾਰ ਦਾ ਬੱਚਾ ਹੈ। ਮੇਰੇ ਕਹਿਣ ਤੋਂ ਭਾਵ ਮਨ ਬੜਾ ਖੁਸ਼ ਹੁੰਦਾ ਜਦੋਂ ਇੱਦਾਂ ਦੇ ਜੰਗ 'ਚ ਬੱਚੇ ਜਾਂ ਨਵੇਂ ਨਵੇਂ ਬੱਚੇ, ਕਿਸ਼ੋਰ ਅਵਸਥਾ ਤੋਂ ਭਾਵ ਹੁੰਦਾ ਜਦੋਂ ਦਾੜਾ ਨਹੀਂ ਆਇਆ ਹੁੰਦਾ, ਅਤੇ ਪਹਿਲੀ ਜਿਹੜੀ ਸਾਡੀ ਉਮਰ ਨੂੰ ਕਿਸ਼ੋਰ ਅਵਸਥਾ ਕਹਿੰਦੇ ਨੇ, ਜਦੋਂ ਕਿਸ਼ੋਰ ਅਵਸਥਾ ਵਾਲੇ ਬੱਚੇ ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਜਿਵੇਂ ਸਿੰਘ ਇੱਕ ਕਵਿਤਾ ਪੜ੍ਹ ਕੇ ਗਿਆ ਹੈ, ਉਦੋਂ ਮਨ ਨੂੰ ਸਕੂਨ ਮਿਲਦਾ, ਆਨੰਦ ਮਿਲਦਾ, ਪ੍ਰਸੰਨਤਾ ਹੁੰਦੀ ਹੈ ਕਿ ਮੁਬਾਰਕ ਅਜਿਹੇ ਮਾਂ ਪਿਓ ਵਧਾਈ ਦੇ ਪਾਤਰ ਨੇ, ਧੰਨਤਾ ਦੇ ਯੋਗ ਨੇ, ਜਿਹਨੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਵੱਲ ਪ੍ਰੇਰਿਤ ਕੀਤਾ ਵੀ ਤੁਸੀਂ ਗੁਰੂ ਦੇ ਲੜ ਲੱਗਣਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਸਾਨੂੰ ਵਿਵੇਕ ਬੁੱਧ ਦੀ ਦਾਨ ਬਖਸ਼ਣ, ਜਿੱਥੇ ਸਾਡੇ ਮਨ ਦੇ ਵਿੱਚ ਚਾਹ ਏ ਵਧੀਆ ਬੱਚੇ ਡਿਸਿਪਲਿਨ ਵਿੱਚ ਰਹਿਣ, ਪੜ੍ਹਾਈ ਕਰਨ, ਉੱਥੇ ਮਨ ਦੇ ਚਾਹ ਹੋਵੇ ਕਿ ਬੱਚਾ ਗੁਰਸਿੱਖੀ ਵਿੱਚ ਰਹੇ, ਗੁਰਬਾਣੀ ਦੀ ਸੰਥਿਆ ਕਥਾ ਕੀਰਤਨ ਦੀ ਵਿੱਦਿਆ ਵੀ ਪ੍ਰਾਪਤ ਕਰੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਦਇਆ ਤਿਆਗ ਵਿਰਾਗ ਅਤੇ ਨਿਮਰਤਾ ਦੀ ਮੂਰਤ ਆਖਿਆ ਜਾਂਦਾ ਹੈ, ਉਹਨਾਂ ਦੇ ਬਾਬਤ ਭੱਟ ਸਾਹਿਬਾਨਾਂ ਦਾ ਕਥਨ ਹੈ। ਭੱਟ ਸਾਹਿਬਾਨਾਂ ਨੇ ਬੜੀ ਖੁੱਲ੍ਹ ਕੇ ਉਸਤਤ ਕੀਤੀ ਹੈ ਅਤੇ ਭੱਟ ਸਾਹਿਬਾਨਾਂ ਨੇ ਪਹਿਲੀ ਵਾਰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਰੀਬ 18 ਕੁ ਸਾਲ ਦੀ ਉਮਰ ਵਿੱਚ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਤੱਕਿਆ, ਉਹਨਾਂ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਵਲਵਲਾ ਸੀ, ਜਾਂ ਉਹਨੇ ਮਨ ਦਾ ਕਹਿ ਲਈਏ ਭਰਮ ਸੀ ਕਿ ਸ਼ਾਇਦ ਪੰਚਮ ਪਾਤਸ਼ਾਹ ਜੀ ਵੱਡੇ ਵੱਡੇ ਦਾੜੇ ਵਾਲੇ, ਉਹਨਾਂ ਦਾ ਚਿੱਟਾ ਦਾੜਾ ਹੋਵੇਗਾ, ਬਜ਼ੁਰਗ ਅਵਸਥਾ ਵਾਲੇ ਹੋਣਗੇ। ਜਦੋਂ 18 ਕੁ ਸਾਲ ਦੀ ਉਮਰ ਦਾ ਬਾਲਕ ਵੇਖਿਆ ਹੈ ਅਤੇ ਸਾਧ ਸੰਗਤ ਅੰਦਰ ਨੂੰ ਇੱਕ ਖਿੱਚ ਪਈ, ਅੰਦਰ ਨੂੰ ਇੱਕ ਸ਼ਾਂਤੀ ਮਿਲੀ, ਅੰਦਰ ਨੂੰ ਇੱਕ ਆਨੰਦ ਆਇਆ ਅਤੇ ਉਹਨਾਂ ਨੇ ਆਪਣੇ ਸਵਈਆਂ ਦੇ ਵਿੱਚ ਬੜੀ ਖੁੱਲ੍ਹ ਕੇ ਸਤਿਗੁਰਾਂ ਦੀ ਉਪਮਾ ਕੀਤੀ। ਸਾਡੇ ਹਿਰਦੇ ਦੀ ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਹੈ, ਕਿਉਂਕਿ ਗੁਰਬਾਣੀ ਨੇ ਸਾਧ ਸੰਗਤ ਇਹ ਗੱਲ ਸਾਨੂੰ ਬੜੀ ਖੋਲ੍ਹ ਕੇ ਦੱਸੀ ਹੈ ਵੀ ਐਵ ਜੀ ਤੈਨੂੰ ਪਿਛਲੇ ਕਈਆਂ ਜਨਮਾਂ ਤੋਂ ਵਿਕਾਰਾਂ ਦੀ ਮੈਲ ਚਿੰਬੜੀ ਹੋਈ ਹੈ, ਜਿਵੇਂ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਵਾ ਸਿਆਹ ਹੋ, ਖੰਡਣੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਨ ਪਾਹੋ। ਜਿਵੇਂ ਕੋਹਲੂ ਲਾ ਕੇ ਇੱਕ ਕੋਹਲੂ ਦਾ ਤੇਲ ਸਾਫ ਕਰਨ ਵਾਸਤੇ ਟਾਕੀ ਰੱਖੀ ਹੁੰਦੀ ਹੈ, ਵਾਰ ਵਾਰ ਜਦੋਂ ਉਹਦੇ ਨਾਲ ਕੋਹਲੂ ਦਾ ਕਾਲਾ ਤੇਲ ਸਾਫ ਕੀਤਾ ਜਾਂਦਾ ਹੈ ਅਤੇ ਉਹਦੇ ਅੰਦਰ ਤੰਦੀ ਮੈਲ ਪੈ ਜਾਂਦੀ ਹੈ। ਇਸ ਤਰ੍ਹਾਂ ਸਾਡੇ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਅਸਲ ਵਿੱਚ ਸਾਧ ਸੰਗਤ ਮਨ ਦਾ ਕੋਈ ਸਵਰੂਪ ਨਹੀਂ ਹੈ। ਗੁਰਬਾਣੀ ਵਿੱਚ ਮਨ ਨੂੰ ਚੰਚਲ ਵੀ ਆਖਿਆ ਹੈ, ਮਨ ਨੂੰ ਮਿੱਤਰ ਵੀ ਆਖਿਆ ਹੈ ਅਤੇ ਮਨ ਇੱਕ ਖਿਣ ਵਿੱਚ ਦਸਾਂ ਦਿਸ਼ਾਵਾਂ ਦੇ ਵਿੱਚ ਘੁੰਮ ਆਉਂਦਾ ਹੈ। ਜਿਵੇਂ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਣ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਣ ਠਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿੱਚੋਂ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਅਸਲ ਵਿੱਚ ਮਨ ਦਾ ਕੋਈ ਸਵਰੂਪ ਨਹੀਂ। ਉਦਾਹਰਣ ਦੇ ਤੌਰ 'ਤੇ ਜਿਵੇਂ ਸਾਹਮਣੇ ਸਾਧ ਸੰਗਤ ਕੈਮਰਾ ਲੱਗਾ ਹੈ ਨਾ, ਮੋਟੀ ਜਿਹੀ ਉਦਾਹਰਣ ਲੈ ਲਈਏ।
ਤੇ ਮਨ ਨੇ ਕੈਮਰੇ ਨੂੰ ਫੜਿਆ ਤੇ ਕੈਮਰੇ ਵਰਗਾ ਹੋ ਗਿਆ। ਸਾਹਮਣੇ ਸਕਰੀਨ ਤੇ ਕੋਈ ਕਵਿਤਾ ਚੱਲ ਰਹੀ ਏ, ਕੋਈ ਗਾਣਾ ਚੱਲ ਰਿਹਾ ਏ, ਕੀਰਤਨ ਦਾ ਕੋਈ ਸ਼ਬਦ ਚੱਲ ਰਿਹਾ ਏ, ਜਿੱਦਾਂ ਦਾ ਸਕਰੀਨ ਤੇ ਚੱਲ ਰਿਹਾ ਏ, ਮਨ ਉਹਨੂੰ ਫੜੇਗਾ ਤੇ ਉਹਦੇ ਵਰਗਾ ਹੀ ਹੋ ਜਾਵੇਗਾ। ਮਨ ਦਾ ਕੋਈ ਸਵਰੂਪ ਨਹੀਂ। ਤਾਂ ਹੀ ਸੱਚੇ ਪਾਤਸ਼ਾਹ ਨੇ ਆਖਿਆ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਈ। ਕਿਤੇ ਮਹਾਰਾਜ ਨੇ ਕਿਹਾ, ਇਹ ਮਨ ਚੰਚਲ ਕਿਹੇ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਮਹਾਰਾਜ ਕਹਿੰਦੇ, ਸਿਮਰਨ ਸੋਈ ਪੁਰਖ ਅਚਲ ਅਵਨਾਸੀ। ਉਸ ਅਕਾਲ ਪੁਰਖ ਕਰਤੇ ਅਚਲ ਤੋਂ ਭਾਵ ਹੁੰਦਾ ਏ ਜਿਹੜਾ ਚਲਾਏ ਮਾਨ ਨਾ ਹੋਵੇ। ਆ ਜਿੰਨਾ ਵੀ ਆਪਾਂ ਸੰਸਾਰ ਵੇਖਦੇ ਨਾ ਖੁੱਲ੍ਹੀ ਅੱਖ ਦੇ ਨਾਲ, ਜਾਂ ਆਪਣੀ ਉਦਾਹਰਨ ਲੈ ਲਈਏ, ਸਾਡੀ ਹੋਂਦ ਸਦੀਵ ਕਾਲ ਵਾਸਤੇ ਰਹਿਣ ਵਾਲੀ ਨਹੀਂ। ਅੱਜ ਹਾਂ ਕੱਲ੍ਹ ਦਾ ਕੋਈ ਭਰੋਸਾ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਹਮ ਆਦਮੀ ਹਾਂ ਇੱਕਦਮੀ, ਵੀ ਭਾਈ ਅਸੀਂ ਆਦਮੀ ਅਤੇ ਇੱਕਦਮ ਦੇ ਹਾਂ, ਪਤਾ ਨਹੀਂ ਸਾਹ ਅੰਦਰ ਜਾ ਕੇ ਵਾਪਸ ਆਵੇ ਕਿ ਨਾ ਆਵੇ। ਪਰ ਅਕਾਲ ਪੁਰਖ ਪਰਮਾਤਮਾ ਸਾਧ ਸੰਗਤ ਸਾਡੇ ਵਾਂਗ ਚਲਾਏਮਾਨ ਨਹੀਂ। ਜਦੋਂ ਸਾਰਾ ਸੰਸਾਰ ਨਹੀਂ ਸੀ ਬਣਿਆ, ਉਹਦੀ ਹੋਂਦ ਉਦੋਂ ਵੀ ਸੀ। ਉਦੋਂ ਜੋ ਆਪਾਂ ਖੁੱਲ੍ਹੀ ਅੱਖ ਨਾਲ ਵੇਖ ਰਹੇ ਹਾਂ, ਧਰਤੀ ਆਕਾਸ਼ ਇਹ ਚਾਰ ਖਾਣੀਆਂ, ਅੰਡਜ ਜੇਰਜ ਸੇਤਜ ਉਤਭੁਜ, ਉਦੋਂ ਸਾਰਾ ਕੁਝ ਉਹਨੇ ਆਪੇ ਵਿੱਚ ਸਮੇਟਿਆ ਹੋਇਆ ਸੀ। ਫਿਰ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਇੱਕ ਰਾਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰੇ ਪਸਾਓ, ਤੂੰ ਜਾਣੋਈ ਸਭਸੇ ਦੇ ਲਹਿਸੈ ਜਿੰਦ ਕਵਾਓ, ਕਰਾਸਨ ਡਿੱਠੋ ਚਾਓ। ਇਸ ਕਰਕੇ ਅਕਾਲ ਪੁਰਖ ਕਰਤੇ ਨੇ ਇਹ ਸਾਰਾ ਕੁਝ ਚਲਾਏਮਾਨ ਕਰਕੇ ਸਾਜਿਆ ਏ, ਪਰ ਆਪ ਉਹਦੀ ਹੋਂਦ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਰਹੇਗੀ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਬਖਸ਼ਿਸ਼ ਕਰਦੇ ਹਨ, ਆਦਿ ਸੱਚ, ਆਦਿ ਤੋਂ ਭਾਵ ਹੁੰਦਾ ਹੈ ਮੁੱਢ, ਆਰੰਭ। ਜਦੋਂ ਧਰਤੀ ਦਾ ਆਰੰਭ ਹੋਇਆ ਉਦੋਂ ਵੀ ਪਰਮਾਤਮਾ ਸੱਚਾ ਸੀ, ਜੁਗਾਦ ਸੱਚ, ਜਦੋਂ ਤੋਂ ਯੁੱਗ ਚੱਲੇ ਆ ਰਹੇ ਨੇ ਪਰਮਾਤਮਾ ਉਦੋਂ ਦਾ ਸੱਚਾ ਏ। ਵੇਖੋ ਮੇਰੀ ਉਦਾਹਰਨ ਲੈ ਲਓ, ਮੇਰੇ ਇਸ ਸੰਸਾਰ 'ਤੇ ਪਿਤਾ ਜੀ ਆਏ ਚਲੇ ਗਏ, ਦਾਦਾ ਜੀ ਆਏ ਚਲੇ ਗਏ, ਉਹਨਾਂ ਦੇ ਪਿਤਾ ਜੀ ਆਏ ਚਲੇ ਗਏ, ਉਹਨਾਂ ਦੇ ਪਿਤਾ ਜੀ ਆਏ ਚਲੇ ਗਏ, ਜਿਹਨੂੰ ਗੁਰਬਾਣੀ ਨੇ ਆਖਿਆ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਇੱਥੇ ਕਈ ਬੈਠ ਕੇ ਚਲੇ ਗਏ, ਪਰ ਪਰਮਾਤਮਾ ਪਹਿਲਾਂ ਵੀ ਸੀ, ਆਦਿ ਸੱਚ, ਜੁਗਾਦ ਸੱਚ, ਹੁਣ ਵੀ ਹੈ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਅਤੇ ਅੱਗੇ ਵੀ ਸੱਚ ਹੀ ਰਹੇਗਾ। ਇਸ ਕਰਕੇ ਭੱਟ ਸਾਹਿਬਾਨ ਕਹਿੰਦੇ, ਉਸ ਅਕਾਲ ਪੁਰਖ ਕਰਤੇ ਦਾ ਸਿਮਰਨ ਕਰਿਆ ਕਰੋ। ਸਿਮਰਨ ਸੋਈ ਪੁਰਖ ਅਚਲ ਅਵਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਮਲ ਰਿੱਧ ਧਾਰਨ, ਗੁਰੂ ਸਾਹਿਬ ਦੇ ਚਰਨ ਕਮਲ ਹਿਰਦੇ ਵਿੱਚ ਧਾਰਨ ਕਰੋ। ਮਹਾਰਾਜ ਸਾਹਿਬ ਕਿਹੜੇ ਚਰਨ ਗੁਰੂ ਸਾਹਿਬ ਦੇ? ਮਹਾਰਾਜ ਕਹਿੰਦੇ, ਗੁਣ ਅਰਜਨ ਗੁਣ ਸਹਿਜ ਵਿਚਾਰਨ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿਹੜੇ ਗੁਣ ਹਨ, ਉਹਨਾਂ ਨੂੰ ਸਹਿਜ ਅਵਸਥਾ ਵਿੱਚ ਟੇਕੇ ਭਾਈ ਵਿਚਾਰਿਆ ਕਰੋ। ਕਿਉਂਕਿ ਸਾਧ ਸੰਗਤ ਬੰਦਾ ਜਿਹਦੇ ਗੁਣਾਂ ਨੂੰ ਯਾਦ ਕਰਦਾ ਹੈ ਨਾ, ਜਿਹਦਾ ਸਿਮਰਨ ਕਰਦਾ ਹੈ, ਜਿਹਨੂੰ ਆਪਣੇ ਚਿੱਤ ਦੇ ਵਿੱਚ ਚਿਤ ਵਧਾਏ, ਅਤੇ ਉਹਦੇ ਵਰਗਾ ਹੀ ਹੋ ਜਾਂਦਾ ਹੈ। ਕਿਉਂਕਿ ਜਿੱਦਾਂ ਦੀ ਸੰਗਤ ਹੋਵੇ, ਜੋ ਤੁਹਾਡੇ ਦਿਮਾਗ ਵਿੱਚ ਚੱਲਦਾ ਹੈ, ਜਿਹਦਾ ਤੁਹਾਡੀ ਮਨ ਸੰਗਤ ਕਰਦਾ ਹੈ, ਉੱਦਾਂ ਦਾ ਹੀ ਸਵਰੂਪ ਹੋ ਜਾਂਦਾ ਹੈ। ਕਹਿੰਦੇ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਣਾਂ ਨੂੰ ਵਿਚਾਰਿਆ ਕਰੋ। ਗੁਰ ਅਰਜਨ ਗੁਣ ਸਹਿਜ ਵਿਚਾਰਨ, ਗੁਰ ਰਾਮਦਾਸ ਕਰ ਕੀ ਉਹ ਪ੍ਰਗਾਸਾ, ਜਿਨ੍ਹਾਂ ਦਾ ਪ੍ਰਗਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਹੋਇਆ। ਸਗਲ ਮਨੋਰਥ ਪੂਰੀ ਆਸਾ, ਅਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ, ਅਤਿ ਸਤਿਕਾਰਯੋਗ ਮਾਤ ਭਾਨੀ ਜੀ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਹੀ ਪੂਰੀਆਂ ਹੋ ਗਈਆਂ। ਗੁਰੂ ਰਾਮਦਾਸ ਘਰ ਕੀ ਉਹ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ, ਸਾਰੇ ਮਨੋਰਥ, ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਫਿਰ ਅੱਗੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਬਾਰੇ ਬਿਆਨ ਕਰਦੇ ਆ। ਕਹਿੰਦੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜਨਮ ਤੋਂ ਹੀ ਗੁਰਮਤ ਦੇ ਅਨੁਸਾਰ, ਗੁਰਮਤ ਤੋਂ ਭਾਵ ਹੁੰਦਾ ਗੁਰੂ ਦੀ ਮਤ ਦੇ ਅਨੁਸਾਰ,
ਬ੍ਰਹਮ ਦੀ ਪਛਾਣ ਕਰ ਲਈ। ਹੁਣ ਸਾਧ ਸੰਗਤ ਇੱਥੇ ਥੋੜ੍ਹਾ ਜਿਹਾ ਵਿਚਾਰਨ ਵਾਲਾ ਬਚਣੇ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨਾ ਗੁਰੂ, ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਬਾਣੀ, ਉਹਨਾਂ ਦੀ ਗੋਦੀ ਵਿੱਚ ਗੁਰੂ ਅਰਜਨ ਸਾਹਿਬ ਜੀ ਕਰੀਬ ਕਰੀਬ 7.5 ਸਾਲ ਖੇਡੇ ਨੇ ਅਤੇ ਉਹਨਾਂ ਨੇ ਬਚਪਨ ਦੀਆਂ ਲੋਰੀਆਂ ਦੇ ਵਿੱਚ ਵੀ ਗੁਰਮਤਿ ਦੀ ਸੋਝੀ ਦਿੱਤੀ ਹੈ। ਪਰ ਭੱਟ ਸਾਹਿਬ ਕਹਿੰਦੇ ਤੁਸੀਂ ਜਨਮ ਤੋਂ ਹੀ ਜਦੋਂ ਤੁਹਾਡਾ ਪ੍ਰਕਾਸ਼ ਹੋਇਆ ਉਦੋਂ ਤੋਂ ਹੀ ਤੁਹਾਨੂੰ ਬ੍ਰਹਮ ਦੀ ਸੋਝੀ ਸੀ, ਬ੍ਰਹਮ ਦੀ ਪਛਾਣ ਸੀ, ਬ੍ਰਹਮ ਨਾਲ ਤੁਹਾਡੀ ਇੱਕ ਮਿਕਤਾ ਸੀ, ਲੇਵ ਲੀਨਤਾ ਸੀ, ਬ੍ਰਹਮ ਵਿੱਚ ਤੇ ਤੁਹਾਡੇ ਵਿੱਚ ਕੋਈ ਭੇਦਭਾਵ ਨਹੀਂ ਸੀ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੁਣ ਥੋੜ੍ਹਾ ਜਿਹਾ ਸਾਧ ਸੰਗਤ ਦੂਜੇ ਪੱਖ ਵੱਲ ਮੈਂ ਆਪ ਜੀ ਦਾ ਧਿਆਨ ਲਿਜਾਣ ਲੱਗਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਜਨਮ ਤੋਂ ਹੀ ਗੁਰੂ ਸਨ, ਆਪਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ, ਸਿੱਖ ਧਰਮ ਦੇ ਮੋਢੀ ਕਹਿ ਲਈਏ, ਸਿੱਖ ਧਰਮ ਦੇ ਬਾਨੀ ਕਹਿ ਲਈਏ, ਜਿਨ੍ਹਾਂ ਬਾਬਤ ਸ੍ਰੀ ਗੁਰੂ ਵਾਹਿਗੁਰੂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਜਨਮ ਤੋਂ ਹੀ ਧੁਰ ਤੋਂ ਹੀ ਗੁਰਤਾ ਗੱਦੀ ਆਪਣੇ ਨਾਮ ਲਿਖਵਾ ਕੇ ਆਏ ਨੇ। ਉਹਨਾਂ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ, ਬਾਕੀ ਗੁਰੂ ਸਾਹਿਬਾਂ ਦੇ ਆਪਾਂ ਪ੍ਰਕਾਸ਼ ਦਿਹਾੜੇ ਗੁਰਤਾ ਗੱਦੀ ਪੁਰਬ ਮਨਾਉਂਦੇ ਹਾਂ ਜਾਂ ਜੋਤੀ ਜੋਤ ਪੁਰਬ ਮਨਾਉਂਦੇ ਹਾਂ, ਗੁਰੂ ਨਾਨਕ ਸਾਹਿਬ ਦਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੰਗਤ ਕੀਤੀ ਭਾਈ ਲਹਿਣਾ ਜੀ ਨੇ, ਵਿਧ ਕਿਤਨਾ ਬਣੀ, ਅੰਮ੍ਰਿਤ ਵੇਲੇ ਜਾ ਰਹੇ ਨੇ ਅਤੇ ਇੱਕ ਪਾਸਿਓਂ ਕੰਨਾਂ ਦੇ ਵਿੱਚ ਬੜੀ ਮਿੱਠੀ ਮਿੱਠੀ ਬੜੀ ਰਸ ਭਿੰਨੀ ਬੜੀ ਰਸੀਲੀ ਜੀ ਆਵਾਜ਼ ਪਈ ਹੈ, ਉਹ ਆਵਾਜ਼ ਕਿਹੜੀ ਹੈ? ਜਿੱਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਐ, ਜਿਉਂ ਸਾਹਿਬ ਨਾਲ ਨਿਹਾਰੀਏ, ਅਤੇ ਵੇਹਾ ਪਾਸਾ ਢਾਲੀਐ, ਕਿਸ਼ਲਾਹੇ ਉੱਪਰ ਘਾਲੀਏ। ਜਦੋਂ ਸਾਧ ਸੰਗਤ ਕੰਨਾਂ ਦੇ ਵਿੱਚ ਇੱਕ ਬਾਣੀ ਪਈ, ਪੈਰ ਰੁਕ ਗਏ, ਪੈਰਾਂ ਨੇ ਆਗਿਆ ਨਹੀਂ ਦਿੱਤੀ ਵੀ ਅੱਗੇ ਚੱਲਿਆ ਜਾਵੇ, ਮਨ ਨੂੰ ਸਕੂਨ ਮਿਲਿਆ, ਮਨ ਨੂੰ ਆਨੰਦ ਮਿਲਿਆ, ਮਨ ਨੂੰ ਠਹਿਰਾਅ ਮਿਲਿਆ ਜਿਹੜਾ ਪਹਿਲਾਂ ਕਦੀ ਨਹੀਂ ਸੀ ਪ੍ਰਾਪਤ ਹੋਇਆ। ਜਿਹੜੇ ਪਾਸਿਓਂ ਅਗੰਮੀ ਬਾਣੀ ਦੀ ਮਿੱਠੀ ਮਿੱਠੀ ਕੰਨਾਂ ਦੇ ਵਿੱਚ ਆਵਾਜ਼ ਪਈ ਹੈ, ਉਸ ਪਾਸੇ ਵਾਲੇ ਨੂੰ ਤੁਰ ਪਏ ਨੇ। ਜਦੋਂ ਅੱਗੇ ਜਾਂਦੇ ਨੇ ਤੇ ਕੀ ਵੇਖਦੇ ਨੇ? ਇੱਕ ਗੁਰਸਿੱਖ ਅੰਮ੍ਰਿਤ ਵੇਲੇ ਇੱਕ ਰੁੱਖ ਦੀ ਛਾਵੇਂ ਬੈਠਾ, ਸਮਾਧੇ ਵਿੱਚ ਲੀਨ ਹੋਇਆ, ਬੜੇ ਪ੍ਰੇਮ ਵਿੱਚ ਭਿੱਜਾ ਹੋਇਆ, ਅੰਦਰੋਂ ਭਿੱਜ ਕੇ ਇਹ ਬਾਣੀ ਦੇ ਅਗੰਮੀ ਬੋਲ ਗਾ ਰਿਹਾ ਹੈ। ਉਸ ਗੁਰਸਿੱਖ ਦਾ ਨਾਮ ਸੀ ਭਾਈ ਜੋਧ। ਜਦੋਂ ਬਾਣੀ ਅੰਦਰ ਪਈ, ਅੰਦਰ ਨੂੰ ਠਹਿਰਾਅ ਮਿਲਿਆ, ਅੰਦਰ ਨੂੰ ਸਕੂਨ ਮਿਲਿਆ, ਆਨੰਦ ਦਾ ਹੁਲਾਰਾ ਆਇਆ ਅਤੇ ਉਹਦੇ ਚਰਨਾਂ ਵਿੱਚ ਬੇਨਤੀ ਕੀਤੀ, ਭਾਈ ਇਹ ਕਿਹਦੀ ਰਚਨਾ ਗਾ ਰਿਹਾ ਹੈ? ਉਹਨੇ ਆਖਿਆ ਗੁਰੂ ਨਾਨਕ ਨਿਰੰਕਾਰੀ ਦੀ ਰਚਨਾ ਹੈ, ਮੈਨੂੰ ਵੀ ਦਰਸ਼ਨ ਕਰਾ ਦੇ। ਕਹਿੰਦੇ ਜ਼ਰੂਰ ਕਰਾਵਾਂਗੇ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੈਣ। ਫਿਰ ਸਾਧ ਸੰਗਤ ਉਦੋਂ ਅੰਦਰ ਇੰਨਾ ਪ੍ਰੇਮ ਇੰਨਾ ਆਨੰਦ ਪੈਦਾ ਹੋਇਆ ਵੀ ਬਹੁਤ ਜਲਦੀ ਜਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ। ਫਿਰ ਮਹਾਰਾਜ ਸਾਹਿਬ ਨੇ ਬਚਨ ਕੀਤੇ ਸੀ, ਭਾਈ ਤੇਰਾ ਨਾਂ ਕੀ? ਕਹਿੰਦੇ ਲਹਿਣਾ। ਮਹਾਰਾਜ ਕਹਿੰਦੇ ਜੇ ਤੂੰ ਲਹਿਣਾ ਹੈ ਤਾਂ ਅਸੀਂ ਤੇਰਾ ਦੇਣਾ ਹੈ। ਪਰ ਭਾਈ ਲਹਿਣਾ ਜੀ ਦੀ ਬੜੀ ਕਠਿਨ ਪ੍ਰੀਖਿਆ ਹੋਈ ਹੈ, ਜੋ ਸਤਿਗੁਰਾਂ ਨੇ ਕਿਹਾ ਹੈ ਨਾ ਉਹਨੂੰ ਭਾਈ ਲਹਿਣਾ ਜੀ ਨੇ ਕਮਾਇਆ। ਫਿਰ ਜਾ ਕੇ ਸਾਧ ਸੰਗਤ ਉਹਨਾਂ ਨੂੰ ਭਾਈ ਲਹਿਣੇ ਤੋਂ ਅੰਗੋਂ ਅੰਗ ਉਪਾਏ ਹੁਣ ਕਰ ਚੋਜ ਵਡਾਣ, ਭਾਈ ਲਹਿਣੇ ਤੋਂ ਆਪਣਾ ਅੰਗ ਬਣਾ ਦਿੱਤਾ, ਅੰਗਦ ਬਣਾ ਦਿੱਤਾ। ਆਪਾਂ ਅੱਜ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜੋ ਭਾਈ ਰਾਏ ਬਲਵੰਡ ਜੀ ਨੇ ਇੱਕ ਸਤਿਗੁਰਾਂ ਦੀ ਉਸਤਤ ਵਿੱਚ ਵਾਰ ਆਖੀ ਨਾ, ਉਹਦੀ ਆਰੰਭਤਾ ਵਿੱਚ ਕਹਿੰਦੇ ਨੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੇ ਗੁਣਾ ਸੱਤ ਭੈਣ ਭਰਾਵ ਹੈ, ਪਰ ਅੰਗਤ ਦਾਨ ਪ੍ਰੀਵ ਦੇ ਨਾਨਕ ਰਾਜ ਚਲਾਇਆ ਸੱਚ ਕੋਟਸਤਾਣੀ ਨੀਮ ਦੇ ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਕੋਏ ਜੀ ਦੈ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦੇ। ਆਪਣੇ ਹੁੰਦਿਆਂ ਹੀ ਸਤਿਗੁਰਾਂ ਨੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਦੂਜੇ ਵਾਰਸ ਥਾਪ ਦਿੱਤਾ। ਅੱਗੇ ਚੱਲੀਏ,
ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦਾ ਗੱਦੀ ਦੇ ਸੁਭਾਇਮਾਨ ਨੇ। ਇਹਨਾਂ ਦੀ ਪੁੱਤਰੀ ਹੈ ਬੀਬੀ ਅਮਰੋ ਜੀ, ਜਿਹੜੇ ਬਾਸਰ ਕੀ ਨਗਰ ਵਿਖੇ ਵਿਆਹੇ ਹੋਏ ਨੇ, ਅਤੇ ਇਹਨਾਂ ਦੇ ਪਤਿਉਰੇ ਲੱਗਦੇ ਨੇ ਬਾਬਾ ਅਮਰਦਾਸ ਜੀ। ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਨਾਲ ਹੀ ਦੁੱਧ ਰਿੜਕਦੇ ਨੇ ਅਤੇ ਨਾਲ ਹੀ ਆਪਣੇ ਮੁੱਖ ਤੋਂ ਪਾਵਨ ਗੁਰਬਾਣੀ ਗਾਉਂਦੇ ਨੇ। ਉਹ ਸ਼ਬਦ ਸਨ ਕਰਨੀ ਕੀਰਤ, ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹੈ, ਕਰਨੀ ਕੀਰਤ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤੋ ਚੱਲੀਏ, ਤਉ ਗੁਣ ਨਾਹੀ ਅੰਤ ਹਰੈ, ਚਿਤ ਚੇਤ ਕੀ ਨਹੀਂ ਬਾਵਰਿਆ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗਹਿ ਨਿਕ ਫਾਸੈ, ਛੂਟ ਸਮੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਣ ਤਿਤ ਰਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਤ੍ਰਿਸ਼ਟਿਸ ਦੇਹਾ। ਜਦੋਂ ਸਾਧ ਸੰਗਤ ਅਗੰਮੀ ਬਾਣੀ ਦੇ ਬੋਲ ਬੀਬੀ ਅਮਰੋ ਜੀ ਕੋ ਸੁਣੇ, ਦੇ ਤੁਰੰਤ ਹੀ ਪ੍ਰੇਮ ਦੇ ਖਿੱਚੇ ਹੋਏ, ਉਸ ਬਾਣੀ ਨੇ ਐਸੀ ਖਿੱਚ ਪਾਈ, ਐਸਾ ਅੰਦਰ ਨੂੰ ਹੁਲਾਰਾ ਦਿੱਤਾ, ਤੁਰੰਤ ਹੀ ਬੀਬੀ ਅਮਰੋ ਜੀ ਕੋ ਪਹੁੰਚੇ। ਕਹਿਣ ਲੱਗੇ, ਪੁੱਤਰ ਇਹ ਕਿਹਨਾਂ ਦੀ ਰਚਨਾ, ਇਹ ਕਿਹਨਾਂ ਦੀ ਬਾਣੀ ਗਾਉਂਦੇ ਜੇ? ਕਹਿਣ ਲੱਗੇ, ਇਹ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਹੈ। ਕਹਿਣ ਲੱਗੇ, ਉਹਨਾਂ ਦੇ ਦਰਸ਼ਨ ਹੋ ਸਕਦੇ ਨੇ? ਕਹਿੰਦੇ, ਨਹੀਂ, ਉਹਨਾਂ ਦੇ ਦਰਸ਼ਨ ਨਹੀਂ, ਉਹ ਸੱਚਖੰਡ ਪਿਆਨਾ ਕਰ ਗਏ ਨੇ, ਉਹਨਾਂ ਦੀ ਜਗ੍ਹਾ ਮੇਰੇ ਪਿਤਾ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਫਿਰ ਬੇਨਤੀ ਕੀਤੀ, ਪੁੱਤਰੀ ਹੁਣ ਦੇਰੀ ਨਾ ਕਰੀ, ਮੈਨੂੰ ਜਲਦੀ ਉਹਨਾਂ ਦੇ ਨਾਲ ਮਿਲਾ ਦੇ। ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਨੂੰ ਲੈ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ। ਫਿਰ ਸਾਧ ਸੰਗਤ, ਕਿੰਨੀ ਘਾੜ ਕਮਾਈ, ਕਿੰਨੀ ਕਰੜੀ ਸੇਵਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਉਹਨਾਂ ਦੀ ਅਵਸਥਾ ਵਿਦਵਾਨਾਂ ਨੇ 72 ਸਾਲ ਦੀ ਲਿਖੀ ਹੈ, ਅਤੇ 12 ਸਾਲ ਬਹੁਤ ਕਰੜੀ ਘਾਲ ਕਮਾਈ ਕੀਤੀ ਹੈ, ਉਹਨਾਂ ਦੇ ਹੁਕਮ ਵਿੱਚ ਰਹੇ ਨੇ। ਚਾਹੇ ਸਾਧ ਸੰਗਤ ਇਹਨਾਂ ਦੇ ਪੁੱਤਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਵਿਆਹੇ ਹੋਏ ਸਨ। ਕਈਆਂ ਨਿੰਦਕਾਂ ਨੇ ਬਹੁਤ ਬੁਰਾ ਭਲਾ ਕਹਿ ਕੇ ਦਿਲ ਦਿਖਾਉਣ ਦਾ ਯਤਨ ਕੀਤਾ, ਪਰ ਨਹੀਂ, ਸੇਵਾ ਵਿੱਚ ਤਤਪਰ ਰਹੇ। ਅਤੇ ਇੱਕ ਦਿਨ ਮਹਾਰਾਜ ਸਾਹਿਬ ਨੇ ਜਿੱਦਣ ਸੇਵਾ ਸਫਲੀ ਹੋਈ, ਛਾਤੀ ਨਾਲ ਲਾ ਕੇ ਆਖਿਆ, ਤੁਸੀਂ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਥਾਵਿਆਂ ਦੇ ਥਾਵ, ਨਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, 12 ਵਾਰ ਦੇ ਕੇ ਨਿਵਾਜਿਆ। ਅੱਗੇ ਚੱਲੀਏ ਸਾਧ ਸੰਗਤ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਤੋਂ ਸਫਲੇ ਹੋਏ। ਫਿਰ ਉਹਨੂੰ ਗੁਰੂ ਨਾਨਕ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਤੀਜੇ ਵਾਰ ਸਥਾਪਿਆ। ਬਾਬਾ ਅਮਰਦਾਸ ਜੀ ਤੀਜੇ ਪਾਤਸ਼ਾਹ ਬਣੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਹੁਣ ਇਹਨਾਂ ਦੀ ਹਜ਼ੂਰੀ ਵਿੱਚ ਇੱਕ ਛੋਟਾ ਜਿਹਾ ਬਾਲਕ, ਜਿਹਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ ਹੈ, ਉਹ ਆਇਆ, ਜੋ ਘੁੰਗਣੀਆਂ ਵੇਚਦਾ ਹੁੰਦਾ ਸੀ। ਘੁੰਗਣੀਆਂ ਵੇਚ ਕੇ ਜਦੋਂ ਵਿਹਲਾ ਹੁੰਦਾ ਹੈ ਤਾਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਕੇ ਸੇਵਾ ਕਰਦਾ ਹੈ। ਜਿੱਥੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਨਕੇ ਨੇ, ਉਹ ਨਗਰ ਹੈ ਬਾਬਾ ਅਮਰਦਾਸ ਜੀ ਦਾ। ਇੱਥੇ ਸਾਧ ਸੰਗਤ, ਹੋਰ ਇੱਕ ਮੈਂ ਵਿਚਾਰ ਖੋਲ੍ਹਣ ਦਾ ਯਤਨ ਕਰਾਂ ਵੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸੇਵਾ ਤੋਂ, ਘਾਲ ਕਮਾਈ ਤੋਂ ਖੁਸ਼ ਹੋ ਕੇ ਜਿੱਦਣ ਬੀਬੀ ਭਾਨੀ ਜੀ ਨੇ ਹੁਕਮ ਕੀਤਾ, ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਬੀਬੀ ਭਾਨੀ ਜੀ ਵਾਸਤੇ ਵਰ ਲੱਭਣਾ ਹੈ, ਅਤੇ ਮਾਤਾ ਜੀ ਨੇ ਬੇਨਤੀ ਕੀਤੀ ਕਿ ਬੀਬੀ ਜੀ ਭਾਨੀ ਜੀ ਵਾਸਤੇ ਕੈਸਾ ਵਰ? ਕਹਿਣ ਲੱਗੇ, ਜੋ ਸਾਹਮਣੇ ਬਾਲਕ ਆਉਂਦਾ ਨਾ ਭਾਈ ਜੇਠਾ, ਅਜਿਹਾ ਵਰ ਹੋਣਾ ਚਾਹੀਦਾ ਹੈ। ਅਤੇ ਮਹਾਰਾਜ ਸਾਹਿਬ ਨੇ ਕਿਹਾ ਵੀ ਇਹਦੇ ਵਰਗਾ ਤਾਂ ਇਹੀ ਹੈ, ਇਹਦੇ ਵਰਗਾ ਹੋਰ ਕੋਈ ਨਹੀਂ। ਮੈਂ ਕਈ ਵਾਰੀ ਵਿਚਾਰਦਾ ਹੁੰਦਾ ਹੈ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਨਕੇ ਬਾਸਰ ਕਿਹੜੇ, ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਗਰ ਹੈ ਬਾਸਰ ਕੇ। ਆਪਾਂ ਕਈ ਵਾਰ ਵਿਚਾਰ ਕਰ ਲੈਂਦੇ ਵੀ ਜਿੱਥੇ ਬੱਚੇ ਜਾਂ ਬੱਚੀ ਦੇ ਨਾਨਕੇ ਹੋਣ ਉੱਥੇ ਰਿਸ਼ਤਾ ਨਹੀਂ ਕਰਨਾ ਚਾਹੀਦਾ, ਪਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿੱਥੇ ਨਾਨਕੇ, ਬਾਬੇ ਅਮਰਦਾਸ ਜੀ ਦਾ, ਗੁਰੂ ਅਮਰਦਾਸ ਜੀ ਦਾ ਉਹ ਨਗਰ ਹੈ,
ਅਤੇ ਉੱਥੇ ਹੀ ਮਹਾਰਾਜ ਸਾਹਿਬ ਨੇ ਰਿਸ਼ਤਾ ਕੀਤਾ। ਸਾਨੂੰ ਬਹੁਤ ਵੱਡੀ ਸੋਝੀ ਦਿੱਤੀ ਕਿ ਭਾਈ ਇੱਦਾਂ ਦੇ ਵਹਿਮਾਂ ਭਰਮਾਂ ਤੋਂ ਬਾਹਰ ਨਿਕਲਣਾ, ਇੱਦਾਂ ਦੇ ਜੰਜਾਲਾਂ ਵਿੱਚ ਨਹੀਂ ਫਸਣਾ। ਗੁਰੂ ਰਾਮਦਾਸ ਸਾਹਿਬ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਰਹਿ ਕਰਕੇ ਜੈਸੀ ਆਗਿਆ ਕਿ ਨਹੀਂ ਠਾਕੁਰ ਤਿਸ 'ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਵਾਹੋ ਕਉ ਦੌਰਿਓ, ਐਸੀ ਸੇਵਾ ਘਾਲ ਕਮਾਈ ਕੀਤੀ। ਅਤੇ ਇੱਕ ਦਿਨ ਉਹਨਾਂ ਨੂੰ ਮਹਾਰਾਜ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਚੌਥੇ ਵਾਰ ਸਥਾਪਿਆ। ਧੰਨ ਧੰਨ ਰਾਮਦਾਸ ਗੁਰ ਜਿਣ ਸਿਰਿਆ ਤਿੰਨ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਵਾਰਿਆ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਰੱਠਾ ਤਾਂ ਮਨ ਸਾਧਾਰਿਆ। ਹੁਣ ਸਾਧ ਸੰਗਤ ਅੱਗੇ ਚੱਲੀਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਬਾਬਤ ਭੱਟ ਸਾਹਿਬਾਨਾਂ ਦਾ ਕਸਨ ਇਹ ਵੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਬਾਬਾ ਲਹਿਣਾ ਜੀ ਨੇ ਸੇਵਾ ਕੀਤੀ, ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ, ਭਾਈ ਜੇਠਾ ਜੀ ਨੇ ਸੇਵਾ ਕੀਤੀ, ਪਰ ਭੱਟ ਸਾਹਿਬਾਨ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਨਮ ਤੋਂ ਹੀ ਬ੍ਰਹਮ ਦੀ ਸੋਝੀ ਪ੍ਰਾਪਤ ਕਰ ਲਈ। ਫਿਰ ਅੱਗੇ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ, ਭਗਤ ਯੋਗ ਕੋ ਜੈਤਵਾਰ ਹਰ ਜਣ ਕੋ ਪਾਇਓ। ਕਹਿੰਦੇ ਭਗਤੀ ਦੇ ਯੋਗ ਨੂੰ ਜੈਤਵਾਰ ਤੋਂ ਭਾਵ ਜਿੱਤਣ ਵਾਲੇ ਜਨਕ ਰੂਪ ਕਰਕੇ ਤੁਹਾਨੂੰ ਅਕਾਲ ਪੁਰਖ ਪਰਮਾਤਮਾ ਨੇ ਭੇਜਿਆ ਹੈ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ, ਤੁਹਾਡੇ ਹਿਰਦੇ ਵਿੱਚ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ, ਤੁਹਾਡੀ ਰਸਨਾ 'ਤੇ ਉਹ ਬਾਣੀ ਵਸਾਈ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਇੱਥੇ ਸਾਧ ਸੰਗਤ ਉਹਨਾਂ ਦੇ ਨਾਮ ਦੇ ਨਾਲ ਭੱਟ ਸਾਹਿਬਾਨਾਂ ਨੇ ਭਗਤ ਸ਼ਬਦ ਵਰਤਿਆ ਹੈ। ਭਗਤ ਸ਼ਬਦ ਦੀ ਡੈਫੀਨੇਸ਼ਨ ਕੀ ਹੈ? ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ ਖੰਨਿਓ ਹੋ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਰਿਆ, ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਇਹ ਭਗਤ ਦੀ ਪਰਿਭਾਸ਼ਾ ਹੈ। ਗੁਰਬਾਣੀ ਵਿੱਚ ਆਪਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ, ਕੇਸਰ ਕੁਸਮ ਮਿਰਗ ਮਹਿਰਣਾ ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ। ਕਹਿੰਦੇ ਕੇਸਰ ਨੂੰ ਲੋਕ ਆਪਣੇ ਸਰੀਰ 'ਤੇ ਲਾਉਂਦੇ ਆ ਕਿਉਂਕਿ ਕੇਸਰ ਬੜਾ ਠੰਡਾ ਗਿਣਿਆ ਜਾਂਦਾ ਹੈ, ਸੁਗੰਧੀ ਵਾਲਾ ਹੈ, ਕੁਸਮ ਤੋਂ ਭਾਵ ਹੁੰਦਾ ਹੈ ਫੁੱਲ। ਲੋਕ ਫੁੱਲਾਂ ਦੀ ਮਾਲਾ ਬਣਾ ਕਰਕੇ ਸਤਿਗੁਰਾਂ ਦੇ ਚਰਣਾਂ ਵਿੱਚ ਨਮਸਕਾਰ ਕਰਦੇ ਆ, ਜਾਂ ਕਈ ਫੁੱਲਾਂ ਨੂੰ ਆਪਣੇ ਕੇਸਾਂ ਉੱਪਰ ਲਗਾਉਂਦੇ ਨੇ। ਫੁੱਲ ਦੇ ਵਿੱਚੋਂ ਸੁਗੰਧੀ ਆਉਂਦੀ ਹੈ। ਕੇਸਰ ਕੁਸਮ ਮਿਰਗਮੈ ਤੋਂ ਭਾਵ ਹੁੰਦਾ ਹੈ ਹਰਨ ਦੀ ਨਾਭੀ ਦੇ ਵਿੱਚ ਜੋ ਕਸਤੂਰੀ ਹੁੰਦੀ, ਸੁਗੰਧੀ ਹੁੰਦੀ ਹੈ, ਉਹਨੂੰ ਲੋਕ ਆਪਣੇ ਕੋਲ ਰੱਖਦੇ ਨੇ। ਹਰਨਾਂ ਤੋਂ ਭਾਵ ਸੋਨਾ, ਸੋਨੇ ਨੂੰ ਵੀ ਆਪਣੇ ਸਰੀਰ 'ਤੇ ਪਹਿਨਿਆ ਜਾਂਦਾ ਹੈ ਸ਼ਿੰਗਾਰ ਵਾਸਤੇ। ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜ੍ਹਨਾ, ਇਹ ਸਾਰੇ ਸਰੀਰ 'ਤੇ ਲਾਏ ਜਾਂਦੇ ਨੇ। ਫਿਰ ਕਹਿੰਦੇ ਚੰਦਨ ਭਗਤਾਂ ਜੋਤ ਅਨੇਹੀ, ਚੰਦਨ ਦੇ ਵਿੱਚ ਸਾਧ ਸੰਗਤ ਇੱਕ ਗੁਣ ਹੁੰਦਾ ਹੈ, ਜਿੱਧਰ ਨੂੰ ਵੀ ਚੰਦਨ ਦੀ ਹਵਾ ਜਾਂਦੀ ਹੈ ਉਹਨਾਂ ਉਹਨਾਂ ਰੁੱਖਾਂ ਦੇ ਵਿੱਚੋਂ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ ਹੈ। ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਅਤੇ ਨਾਲ ਮਾਰੇ ਨੇ ਕਿਹਾ ਚੰਦਨ ਭਗਤਾਂ ਜੋਤ ਅਨੇਹੀ, ਇਹਨਾਂ ਦੋਵਾਂ ਦੇ ਵਿੱਚ ਇੱਕ ਗੁਣ ਹੁੰਦਾ ਹੈ,
ਸਰਬੇ ਪਰਮਲ ਕਰਨਾ, ਪਰਮਲ ਤੋਂ ਭਾਵ ਹੁੰਦਾ ਹੈ ਪਵਿੱਤਰ ਸੁਗੰਧੀ ਵਾਲਾ। ਭਗਤਾਂ ਦੇ ਵਿੱਚ ਵੀ ਉਹ ਗੁਣ ਹੁੰਦਾ ਹੈ, ਉਹ ਸਾਰਿਆਂ ਨੂੰ ਆਪਣੀ ਸੰਗਤ ਦੇ ਕੇ, ਆਪਣੀ ਸੰਗਤ ਦਾ ਰੰਗ ਚਾੜ ਕੇ ਉਹਨਾਂ ਦੇ ਵਿੱਚ ਉਹ ਗੁਣ ਪੈਦਾ ਕਰ ਦਿੰਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ ਚੰਗੇ ਗੁਣਾਂ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ। ਜਾਂ ਭਗਤ ਕਬੀਰ ਜੀ ਨੇ ਇੱਕ ਭਗਤ ਦੀ ਬੜੀ ਸੁੰਦਰ ਡੈਫੀਨੇਸ਼ਨ ਦਿੱਤੀ ਆ, ਕਹਿੰਦੇ ਇੱਕ ਰੱਬ ਦਾ ਪਿਆਰਾ, ਰੱਬ ਦਾ ਭਗਤ ਕੈਸਾ ਹੋਣਾ ਚਾਹੀਦਾ ਹੈ। ਉਸ ਤਰ੍ਹਾਂ ਸਾਧ ਸੰਗਤ ਭਗਤ ਦੇ ਤਿੰਨ ਅੱਖਰ ਨੇ, ਪਹਿਲਾ ਇਹ ਭੱਬਾ, ਦੂਜਾ ਗੱਗਾ ਅਤੇ ਤੀਜਾ ਇਹ ਤੱਤਾ। ਇਹ ਤਿੰਨੇ ਵੀ ਸਾਨੂੰ ਸਿੱਖਿਆ ਦਿੰਦੇ ਨੇ। ਭੱਬੇ ਤੋਂ ਭਾਵ ਹੁੰਦਾ ਹੈ ਪਰਮਾਤਮਾ ਦੇ ਭੈ ਅੰਦਰ ਰਹਿਣਾ ਅਤੇ ਮਨ ਦੇ ਵਿੱਚ ਭਾਵਨਾ ਰੱਖਣੀ। ਗੱਗੇ ਤੋਂ ਭਾਵ ਹੁੰਦਾ ਹੈ ਗਿਆਨ ਅਤੇ ਤੱਤੇ ਤੋਂ ਭਾਵ ਹੁੰਦਾ ਹੈ ਤਿਆਗ। ਜੇ ਅੱਗੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਆਪਾਂ ਥੋੜ੍ਹਾ ਥੋੜ੍ਹਾ ਇਹਨੂੰ ਖੋਲ੍ਹਣ ਦਾ ਯਤਨ ਕਰਾਂਗੇ। ਭਗਤ ਕਬੀਰ ਜੀ ਕਹਿੰਦੇ, ਕਬੀਰ ਰੋੜਾ ਹੋਏ ਰਹੋ ਬਾਟਕਾ। ਵੇਖੋ ਮੈਂ ਭਗਤ ਦੀ ਜਿਹੜੀ ਪਰਿਭਾਸ਼ਾ ਇਸ ਕਰਕੇ ਜ਼ਿਆਦਾ ਖੋਲ੍ਹ ਰਿਹਾ ਹੈ ਕਿਉਂਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਖੇਡਦੇ ਨੇ, ਬਾਬਾ ਮਹਾਂਦੇਵ ਵੀ ਖੇਡਦੇ ਨੇ ਅਤੇ ਪ੍ਰਿਥੀ ਚੰਦ ਵੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦੀ ਵਿੱਚ ਖੇਡਦੇ ਨੇ। ਪਰ ਕਿਹੜੇ ਗੁਣਾਂ ਕਰਕੇ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਪੰਜਵੇਂ ਵਾਰ ਸਥਾਪਿਆ ਗਿਆ? ਸਭ ਤੋਂ ਵੱਡਾ ਸੀ ਇਹਨਾਂ ਵਿੱਚ ਭਗਤੀ ਭਾਵ, ਅਤੇ ਮੈਂ ਸਮਝਣਾ ਹੈ ਜਿਹਦੇ ਵਿੱਚ ਭਗਤੀ ਭਾਵ ਆ ਜਾਵੇ, ਭਗਤੀ ਭਾਵ ਤੋਂ ਭਾਵ ਹੁੰਦਾ ਜਿਹੜਾ ਬੜਾ ਨਿਉਇਆ ਹੋਇਆ ਬੰਦਾ ਹੋਵੇ, ਜਿਹਦਾ ਜੀਵਨ ਬੜਾ ਸਿੱਧਾ ਸਾਧਾ ਹੋਵੇ, ਬੜੀ ਨਿਮਰਤਾ ਵਾਲਾ ਹੋਵੇ, ਬੜੀ ਸਰਲਤਾ ਵਾਲਾ ਹੋਵੇ, ਉਹਦੇ ਵਿੱਚ ਫਿਰ ਸਾਰੇ ਗੁਣ ਆ ਜਾਂਦੇ ਨੇ। ਜਿਵੇਂ ਉਦਾਹਰਣ ਦੇ ਤੌਰ 'ਤੇ ਅਸਮਾਨ ਤੋਂ ਮੋਹਲੇਧਾਰ ਵਰਖਾ ਹੁੰਦੀ ਹੈ, ਸਾਰੀ ਜ਼ਮੀਨ ਪੱਧਰ ਹੋਵੇ ਅਤੇ ਇੱਕ ਛੋਟਾ ਜਿਹਾ ਟੋਆ ਹੋਵੇ, ਸਾਰਾ ਪਾਣੀ ਆ ਕੇ ਟੋਏ ਵਿੱਚ ਖਲੋ ਜਾਂਦਾ ਹੈ, ਪਾਣੀ ਨਿਵਾਣ ਵੱਲ ਨੂੰ ਚੱਲਦਾ ਹੈ। ਜਿੱਥੇ ਨਿਮਰਤਾ ਹੋਵੇ, ਭਗਤੀ ਭਾਵ ਵਾਲੇ ਗੁਣ ਹੋਵੇ, ਬਰਕਤਾਂ ਆਪ ਚੱਲ ਕੇ ਆਉਂਦੀਆਂ ਨੇ ਉੱਥੇ। ਭਗਤ ਕਬੀਰ ਜੀ ਕਹਿੰਦੇ, ਕਬੀਰ ਰੋੜਾ ਹੋਏ ਰਹੋ ਬਾਟਕਾ। ਇੱਕ ਭਗਤ ਦੀ ਪਰਿਭਾਸ਼ਾ ਕੀ ਹੈ? ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿਣ ਲੱਗੇ ਆਪਣਾ ਜੀਵਨ ਇੱਕ ਰੋੜੇ ਵਰਗਾ ਬਣਾ ਲਾ, ਜੇ ਤੇਰਾ ਜੀਵਨ ਰੋੜੇ ਵਰਗਾ ਬਣ ਗਿਆ ਤਾਂ ਪਰਮਾਤਮਾ ਤੈਨੂੰ ਮਿਲ ਜਾਵੇਗਾ। ਫਿਰ ਕਹਿੰਦੇ ਨਹੀਂ, ਹਾਂ ਠੀਕ ਹੈ, ਰੋੜਾ ਰਸਤੇ ਵਿੱਚ ਪਿਆ ਹੁੰਦਾ ਹੈ, ਰਾਈਆਂ ਦੀਆਂ ਠੋਕਰਾਂ ਖਾਂਦਾ ਹੈ, ਪਰ ਰੋੜੇ ਵਿੱਚ ਵੀ ਕਮੀ ਹੈ। ਪੁੱਛਿਆ ਕਿਹੜੀ ਕਮੀ? ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕਹੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿੰਦੇ ਰੋੜੇ ਵਿੱਚ ਇੱਕ ਔਗਣ ਹੈ। ਪੁੱਛਿਆ ਮਹਾਰਾਜ ਕੀ ਔਗਣ? ਕਹਿਣ ਲੱਗੇ ਰੋੜਾ ਰਸਤੇ ਵਿੱਚ ਪਿਆ ਹੈ, ਜਿਹੜਾ ਤੇ ਪੈਰੀਂ ਜੁੱਤੀ ਪਾ ਕੇ ਜਾਵੇਗਾ, ਉਹਦੀ ਜੁੱਤੀ ਨੂੰ ਰੋੜੇ ਦੀ ਠੋਕਰ ਵੱਜੇਗੀ, ਉਹਦੇ ਪੈਰ ਨੂੰ ਸੱਟ ਨਹੀਂ ਲੱਗੇਗੀ। ਜੇ ਕੋਈ ਗਰੀਬ ਆ ਗਿਆ, ਕੋਈ ਨਿਮਾਣਾ ਆ ਗਿਆ, ਕੋਈ ਆਜਜ ਆ ਗਿਆ, ਕੋਈ ਦੀਨ ਆ ਗਿਆ, ਜਿਹਦੇ ਕੋਲ ਪੈਰਾਂ ਵਿੱਚ ਪਹਿਨਣ ਵਾਸਤੇ ਜੋੜਾ ਨਹੀਂ, ਰੋੜਾ ਨੂੰ ਸੱਟ ਮਾਰੇਗਾ, ਹੋ ਸਕਦਾ ਉਹਦੇ ਪੈਰਾਂ ਦੇ ਵਿੱਚੋਂ ਖੂਨ ਨਿਕਲ ਆਵੇ। ਰੋੜੇ ਵਿੱਚ ਕਹਿੰਦੇ ਕਮੀ ਹੈ, ਤੂੰ ਇੱਦਾਂ ਕਰ, ਰੋੜੇ ਨੂੰ ਛੱਡ ਦੇ, ਰੋੜੇ ਤੋਂ ਗੁਣ ਹਾਸਲ ਕਰੀ, ਰੋੜਾ ਔਗੁਣਾ ਨਾ ਭਰਿਆ ਏ, ਤੂੰ ਆਪਣਾ ਜੀਵਨ ਮਿੱਟੀ ਵਰਗਾ ਬਣਾ ਲਾ। ਹੁਣ ਸਾਧ ਸੰਗਤ ਮਿੱਟੀ ਦੇ ਵਿੱਚ ਗੁਣੇ ਕਿ ਭਾਵੇਂ ਮਿੱਟੀ ਦੇ ਉੱਪਰੋਂ ਕੋਈ ਜੁੱਤੀ ਪਾ ਕੇ ਲੰਘ ਜਾਵੇ, ਚਾਹੇ ਕੋਈ ਨੰਗੇ ਪੈਰੀਂ ਲੰਘ ਜਾਵੇ, ਮਿੱਟੀ ਦੋਵਾਂ ਦਾ ਵੀ ਕੁਝ ਵਿਗਾੜਦੀ, ਨੁਕਸਾਨ ਨਹੀਂ ਕਰਦੀ। ਪਰ ਕਹਿੰਦੇ ਨਹੀਂ, ਮਿੱਟੀ ਵਿੱਚ ਵੀ ਇੱਕ ਔਗਣ ਹੈ। ਪੁੱਛਿਆ ਕਿਹੜਾ ਔਗਣ? ਕਬੀਰ ਖੇ ਹੋਈ ਤਾਂ ਕਿਆ ਭਇਆ, ਜੋ ਉੱਡ ਲੱਗੇ ਅੰਗ। ਕਹਿਣ ਲੱਗੇ ਮਿੱਟੀ ਵਿੱਚ ਔਗਣ ਇਹ, ਜਦੋਂ ਰਾਹੀ ਲੰਘਣਗੇ ਨਾ, ਉਹਨਾਂ ਦੇ ਪੈਰਾਂ ਦੇ ਨਾਲ ਉੱਡੇਗੀ, ਉੱਡ ਉੱਡ ਕੇ ਕੱਪੜੇ ਖਰਾਬ ਕਰ ਦੇਵੇਗੀ, ਦਾੜਾ ਖਰਾਬ ਕਰ ਦੇਵੇਗੀ, ਪੱਗ ਖਰਾਬ ਕਰ ਦੇਵੇਗੀ, ਪੱਗ ਮੈਲੀ ਕਰ ਦੇਵੇਗੀ, ਮਿੱਟੀ ਵਿੱਚ ਵੀ ਔਗਣ ਏ। ਕਬੀਰ ਖੇ ਹੋਈ ਤਾਂ ਕਿਆ ਭਇਆ, ਜੋ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਕਹਿਣ ਲੱਗੇ ਮਿੱਟੀ ਨੂੰ ਵੀ ਛੱਡ ਦੇ, ਮਿੱਟੀ ਵਿੱਚ ਵੀ ਔਗਣੇ, ਆਪਣਾ ਜੀਵਨ ਪਾਣੀ ਵਰਗਾ ਬਣਾ ਲਾ, ਕਿਉਂਕਿ ਸਾਧ ਸੰਗਤ ਪਾਣੀ ਵਿੱਚ ਗੁਣੇ। ਪਾਣੀ ਦਾ ਕੋਈ ਆਪਣਾ ਰੰਗ ਨਹੀਂ ਹੁੰਦਾ, ਪਾਣੀ ਵਿੱਚ ਤੁਸੀਂ ਕਾਲਾ ਰੰਗ ਮਿਲਾ ਦਿਓ ਕਾਲਾ ਬਣ ਜਾਵੇਗਾ, ਨੀਲਾ ਮਿਲਾ ਦਿਓ ਨੀਲਾ ਬਣ ਜਾਵੇਗਾ, ਪੀਲਾ ਮਿਲਾ ਦਿਓ ਪੀਲਾ ਬਣ ਜਾਵੇਗਾ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨਾ, ਕਿਸੇ ਵੀ ਸੰਗਤ ਵਿੱਚ ਚਲੇ ਜਾਣ,
ਜਦੋਂ ਉਹਨਾਂ ਦੀ ਅੰਦਰ ਵਾਲੀ ਅਵਸਥਾ ਬਣ ਜਾਂਦੀ ਹੈ, ਕਿੱਦਾਂ ਦੀ ਸੰਗਤ ਹੋਵੇ ਉਹ ਕਦੀ ਆਪਣਾ ਸੁਭਾਅ ਪ੍ਰੇਮ ਵਾਲਾ ਨਹੀਂ ਛੱਡਦੇ, ਨਿਮਰਤਾ ਵਿੱਚ ਰਹਿੰਦੇ ਨੇ ਅਤੇ ਸਾਰਿਆਂ ਨੂੰ ਪਸੰਦ ਆਉਣੇ। ਜਿਵੇਂ ਉਦਾਹਰਨ ਵਜੋਂ ਇਤਿਹਾਸਿਕ ਘਟਨਾ ਹੈ, ਭਾਈ ਘਨੱਈਆ ਜੀ ਸਾਰਿਆਂ ਨੂੰ ਜਲ ਛਕਾਉਂਦੇ ਸਨ। ਮਹਾਰਾਜ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਦਸਮ ਪਾਤਸ਼ਾਹ ਕੋਲ ਵੀ ਭਾਈ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਣਾ ਹੈ, ਗੁਰਸਿੱਖਾਂ ਦੇ ਨੇ ਵੀ ਅਸੀਂ ਉਹਨਾਂ ਨੂੰ ਸ਼ਸਤਰਾਂ ਦੇ ਵਾਰ ਕਰ ਕਰਕੇ ਧਰਤੀ 'ਤੇ ਸੁੱਟਦੇ, ਪਾਣੀ ਪਿਆ ਕਰਕੇ ਫਿਰ ਸੁਰਜੀਤ ਕਰ ਦਿੰਦਾ, ਨੌ ਬਰਨੌ ਕਰ ਦਿੰਦਾ। ਕਹਿੰਦਾ ਮਹਾਰਾਜ ਜ਼ਰੂਰ ਕਰਦਾ ਜੀ। ਕਹਿੰਦੇ ਇੱਦਾਂ ਦੀ ਗੁਸਤਾਖੀ ਕਿਉਂ ਕਰਦਾ ਹੈ? ਕਹਿੰਦਾ ਪਾਤਸ਼ਾਹ ਮੈਨੂੰ ਤੁਹਾਡੇ ਤੋਂ ਬਗੈਰ ਹੋਰ ਕੋਈ ਨਜ਼ਰ ਨਹੀਂ ਆਉਂਦਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮੈਂ ਨਹੀਂ ਕੋਈ, ਓਤ ਪੋਤ ਮਨ ਸੱਤ ਸਹੰਸ ਜੈਸੇ ਜਲ 'ਤੇ ਭਿੰਨ ਨਾ ਹੋਈ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤ ਹੋਣਾ ਜਾਈ, ਰਵ ਰਹੇ ਆ ਸਰਬੱਤਰ ਮੈਂ ਮਨ ਸਦਾ ਧਿਆਈ। ਮਹਾਰਾਜ ਜਿੱਥੇ ਜਿੱਥੇ ਵੀ ਵੇਖਦਾ ਤੁਹਾਡਾ ਸਵਰੂਪ ਹੀ ਨਜ਼ਰ ਆਉਂਦਾ ਹੈ, ਮੈਂ ਦੁਸ਼ਮਣਾਂ ਨੂੰ ਥੋੜ੍ਹੀ ਪਾਣੀ ਪਿਆਉਣਾ ਹੈ, ਮੈਂ ਤਾਂ ਆਪ ਜੀ ਨੂੰ ਜਲ ਛਕਾਉਣਾ ਹੈ। ਇਸ ਕਰਕੇ ਕਹਿੰਦੇ ਰੱਬ ਦੇ ਪਿਆਰਿਆਂ ਵਿੱਚ ਇਹ ਗੁਣ ਹੁੰਦਾ ਹੈ, ਉਹਨਾਂ ਦਾ ਸਵਰੂਪ ਪਾਣੀ ਵਰਗਾ ਹੁੰਦਾ ਹੈ। ਪਰ ਕਹਿੰਦੇ ਨਹੀਂ, ਪਾਣੀ ਦੇ ਵਿੱਚ ਵੀ ਇੱਕ ਔਗਣ ਹੈ ਵੀ ਪਾਣੀ ਕਦੀ ਗਰਮ ਹੋ ਜਾਂਦਾ ਹੈ, ਕਦੀ ਠੰਡਾ ਹੋ ਜਾਂਦਾ ਹੈ। ਕਬੀਰ ਪਾਣੀ ਹੋਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਸੀਰਾ ਤੋਂ ਭਾਵ ਠੰਡਾ ਅਤੇ ਤੱਤੇ ਤੋਂ ਭਾਵ ਗਰਮ। ਕਬੀਰ ਪਾਣੀ ਹੋਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਪਰਮਾਤਮਾ ਦਾ ਪਿਆਰਾ, ਪਰਮਾਤਮਾ ਦਾ ਭਗਤ ਇੱਦਾਂ ਦਾ ਹੋਣਾ ਚਾਹੀਦਾ ਹੈ ਜਿੱਦਾਂ ਦਾ ਹਰੀ ਪਰਮਾਤਮਾ ਖੁਦ ਆਪ ਹੈ, ਜਿੱਦਾਂ ਦੇ ਉਹਦੇ ਵਿੱਚ ਗੁਣ ਨੇ ਉੱਦਾਂ ਦੇ ਗੁਣ ਸੇਵਕ ਵਿੱਚ ਹੋਣ, ਅਤੇ ਤਾਂ ਉਹ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਸਕਦਾ ਹੈ। ਪਟ ਸਾਹਿਬਾਨ ਕਹਿੰਦੇ ਸ਼ੁਰੂ ਤੋਂ ਹੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਭਗਤੀ ਭਾਵ ਵਾਲੇ ਗੁਣ ਸਨ, ਉਹਨਾਂ ਨੂੰ ਬ੍ਰਹਮ ਦੀ ਪਛਾਣ ਸੀ। ਮੈਂ ਆਪ ਜੀ ਨਾਲ ਵਚਨ ਕੀਤਾ ਸੀ, ਭਗਤ ਦੇ ਵਿੱਚ ਤਿੰਨ ਸ਼ਬਦ ਨੇ, ਭੱਬਾ, ਗੱਗਾ ਅਤੇ ਤੱਤਾ। ਅਤੇ ਪਹਿਲੇ ਭੱਬਾ ਸਾਨੂੰ ਸਿੱਖਿਆ ਦਿੰਦਾ ਹੈ ਵੀ ਭੱਬੇ ਤੋਂ ਭਾਵ ਹੁੰਦਾ ਹੈ ਭੈ ਅੰਦਰ ਰਹਿਣਾ ਅਤੇ ਭਾਵਨਾ ਅੰਦਰ ਰਹਿਣਾ। ਹੁਣ ਪਰਮਾਤਮਾ ਦੇ ਭੈ ਅੰਦਰ ਰਹਿਣਾ, ਕਈ ਗੁਰਸਿੱਖ ਇੱਥੇ ਤਰਕ ਕਰਦੇ ਨੇ ਵੀ ਗੁਰੂ ਆਪਣਾ ਗੁਰੂ ਦਾ ਕਾਹਦਾ ਭੈ। ਮੈਂ ਬੇਨਤੀ ਕਰਦਾ ਹੁੰਦਾ ਵੀ ਵੇਖੋ, ਸੰਸਾਰ ਦੀ ਇੱਕ ਐਸੀ ਮਰਿਆਦਾ ਹੈ, ਇਸਤਰੀ ਅਤੇ ਪੁਰਸ਼ ਦਾ, ਪਤੀ ਅਤੇ ਪਤਨੀ ਦਾ ਬੜਾ ਨੇੜੇ ਦਾ ਰਿਸ਼ਤਾ ਹੈ। ਧਨ ਪਿਰੇ ਨਾਖੀਏ ਬਹਿਣ ਇਕੱਠੇ ਹੋਏ, ਏਕ ਜੋ ਦੋ ਮੂਰਤੀ ਧਨ ਪਿਰ ਕਹੀਏ ਸੋਏ। ਪਰ ਜਿਹੜੀ ਇਸਤਰੀ ਆਪਣੇ ਪਤੀ ਦੇ ਕਹਿ ਵਿੱਚ ਨਾ ਹੋਵੇ ਤਾਂ ਕੀ ਹੋ ਜਾਂਦਾ ਹੈ? ਤਲਾਕ। ਜੇ ਪਤੀ ਪਤਨੀ ਆਪਣੇ ਪਤੀ ਦੇ ਭੈ ਅੰਦਰ ਰਹੇ, ਉਹਨੂੰ ਖੁਸ਼ ਕਰ ਲਵੇ, ਪ੍ਰਸੰਨ ਕਰ ਲਵੇ, ਅਤੇ ਉਹ ਕਹਿੰਦਾ ਜੋ ਕੁਝ ਹੈ ਸਾਰਾ ਕੁਝ ਮੇਰਾ ਤੇਰਾ ਹੈ, ਤੇਰਾ ਦੁੱਖ ਵੀ ਮੇਰਾ, ਤੇਰਾ ਸੁੱਖ ਵੀ ਮੇਰਾ, ਜੋ ਕੁਝ ਮੇਰਾ ਹੈ ਸਾਰਾ ਕੁਝ ਤੇਰਾ, ਮੈਂ ਤੇਰੇ ਕੋਲ ਕੁਝ ਲੁਕੋ ਕੇ ਥੋੜ੍ਹੀ ਰੱਖਿਆ ਹੈ। ਕਦੋਂ ਇਹ ਹੋਇਆ? ਜਦੋਂ ਉਹਦੇ ਭੈ ਅੰਦਰ ਰਹੀ, ਉਹਨੂੰ ਪਤਾ ਲੱਗ ਗਿਆ ਮੇਰੇ ਭੈ ਅੰਦਰ ਹੈ, ਮੇਰੇ ਕਹਿਣੇ ਅੰਦਰ ਹੈ, ਮੇਰਾ ਸਤਿਕਾਰ ਕਰਦੀ ਹੈ, ਇਹਦਾ ਪ੍ਰੇਮ ਸੱਚਾ ਹੈ। ਇਸ ਕਰਕੇ ਪ੍ਰੇਮ ਦੇ ਨਾਲ ਕਿਸੇ ਦੀ ਆਗੇ ਅੰਦਰ ਰਹਿ ਕੇ ਉਹਨੂੰ ਜਿੱਤਿਆ ਜਾ ਸਕਦਾ। ਗੁਰਬਾਣੀ ਵਿੱਚੋਂ ਪ੍ਰਮਾਣ ਲੈ ਲਈਏ। ਮਹਾਰਾਜ ਕਹਿੰਦੇ ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਜਿਨ੍ਹਾਂ ਅੰਦਰ ਪਰਮਾਤਮਾ ਦਾ ਭਾਉ ਤੋਂ ਹੁੰਦਾ ਹੈ ਡਰ, ਅਤੇ ਭਾਉ ਤੋਂ ਭਾਵ ਹੁੰਦਾ ਹੈ ਪ੍ਰੇਮ। ਗੁਰੂ ਨਾਨਕ ਸਾਹਿਬ ਦੀ ਬਾਣੀ ਆਸਾ ਦੀ ਵਾਰ ਕਹਿੰਦੇ ਜਿਨ੍ਹਾਂ ਅੰਦਰ ਪਰਮਾਤਮਾ ਦਾ ਭੈ ਹੋਵੇਗਾ ਨਾ, ਉਹਨਾਂ ਅੰਦਰ ਹੀ ਭਾਉ ਪਿਆਰ ਉਤਪੰਨ ਹੋਵੇਗਾ। ਜਾਂ ਗੁਰੂ ਨਾਨਕ ਸਾਹਿਬ ਦੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਭਾਉ ਤਿੰਨ ਨਾਹੇ ਭਾਉ, ਮੁੱਚ ਭਾਉ ਨੇ ਭਵਿਆ, ਨਾਨਕ ਇਹੋ ਪਟੰਤਰਾ ਤਿੱਤ ਦੀਵਾਨ ਗਿਆ। ਕਹਿੰਦੇ ਜਿਨ੍ਹਾਂ ਨੂੰ ਇਸ ਸੰਸਾਰ ਵਿੱਚ ਪਰਮਾਤਮਾ ਦਾ ਭਾਉ ਹੁੰਦਾ ਹੈ, ਨਿਰਮਲ ਭਾਉ ਹੁੰਦਾ ਹੈ, ਉਹਦੇ ਨਿਰਮਲ ਭਾਉ ਅੰਦਰ ਰਹਿੰਦੇ ਨੇ, ਉਹਨਾਂ ਨੂੰ ਅੱਗੇ ਜਾ ਕੇ ਜਮਾਂ ਦਾ ਡਰ ਨਹੀਂ ਸਤਾਉਂਦਾ। ਪਰ ਜਿੱਥੇ ਜਿਹੜੇ ਇੱਥੇ ਆਪਣੇ ਮਨ ਦੇ ਪਿੱਛੇ ਲੱਗਦੇ ਨੇ, ਮਾਣਾਈਆਂ ਕਰਦੇ ਨੇ, ਗੁਰੂ ਦੀ ਮੱਤ ਨੂੰ ਨਹੀਂ ਪ੍ਰਵਾਨ ਕਰਦੇ, ਉਹਨਾਂ ਨੂੰ ਅੱਗੇ ਜਾ ਕੇ ਫਿਰ ਜਮ ਡਰਾਉਂਦੇ ਨੇ, ਜਮਾਂ ਦੀਆਂ ਮਾਰਾਂ ਸਹਿਣੀਆਂ ਪੈਂਦੀਆਂ ਨੇ। ਨਾਨਕ ਇਹੋ ਪਟੰਤਰਾ ਤਿੱਤ ਦੀਵਾਨ ਗਿਆ, ਉਹਦੀ ਕਚਹਿਰੀ ਦੇ ਵਿੱਚ ਜਾ ਕਰਕੇ ਇਹ ਸਾਰਾ ਕੁਝ ਵਾਪਰਦਾ ਹੈ। ਇਸ ਕਰਕੇ ਪਰਮਾਤਮਾ ਦੇ ਪਿਆਰੇ, ਪਰਮਾਤਮਾ ਦੇ ਨਿਰਮਲ ਭਾਉ ਅੰਦਰ ਰਹਿੰਦੇ ਨੇ।
ਜਿਹਨੂੰ ਆਪਾਂ ਲਾਵਾਂ ਦੀ ਬਾਣੀ ਵਿੱਚ ਸਰਵਣ ਕਰਦੇ ਹਾਂ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ, ਅੰਤਰ ਬਾਹਰ ਹਰ ਪ੍ਰਭ ਏਕੋ ਮਿਲ, ਹਰ ਜਨ ਮੰਗਲ ਗਾਏ, ਜਾਂ ਨਾਨਕ ਦੂਜੀ ਲਾਂਵ ਚਲਾਈ ਅਣਹਦ ਸ਼ਬਦ ਵਜਾਏ। ਇਸ ਕਰਕੇ ਜਿਹੜਾ ਪਰਮਾਤਮਾ ਦੇ ਭਉ ਅੰਦਰ ਰਹਿੰਦਾ ਏ, ਭਾਵਨਾ ਅੰਦਰ ਰਹਿੰਦਾ ਏ, ਉਹੀ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰ ਲੈਂਦਾ ਏ। ਦੂਜਾ ਸਾਧ ਸੰਗਤ ਗਿਆਨ ਹੁੰਦਾ ਏ, ਗਿਆਨ ਗੱਗੇ ਤੋਂ ਗਿਆਨ ਸਮਾਪਤੀ ਵੱਲ ਆਵਾਂ। ਗਿਆਨ ਦਾ ਜਿਹੜੀ ਮੋਟੀ ਦੀ ਉਦਾਹਰਣ ਹੈ ਨਾ, ਗਿਆਨ ਤੋਂ ਭਾਵ ਹੁੰਦਾ ਹੈ ਸਮਝ। ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਨਾ ਵੀ ਜਿੰਨਾ ਵੀ ਆਪਾਂ ਸੰਸਾਰ ਖੁੱਲ੍ਹੀ ਅੱਖ ਨਾਲ ਵੇਖ ਰਹੇ ਹਾਂ, ਇਹ ਸਾਰਾ ਨਾਸ਼ ਹੋ ਜਾਣ ਵਾਲਾ ਹੈ। ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਧਰਤ ਪਤਾਲ ਆਕਾਸ਼ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਅਮਰਾਵ ਖਾਨ ਢਾਹੇ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ, ਸਭ ਲੋਕ ਸਦਾਸੀ, ਕਾਜੀ ਸੇਖ ਮਸਾਇਕ ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ, ਰੋਜ਼ਾ ਬਾਂਗ ਨਿਵਾਜ ਕਤੇਬ, ਵਿਣ ਬੁੱਝੇ ਸਭ ਜਾਸੀ, ਲੱਖ ਚੌਰਾਸੀ ਮੇਦਨੀ ਸਭ ਆਵੇ ਜਾਸੀ, ਨਿਹਚ ਸੱਚ ਖੁਦਾਏ ਏਕ, ਖੁਦਾਏ ਬੰਦਾ ਬਨਾਸੀ। ਸਾਰਾ ਕੁਝ ਜਾਣ ਵਾਲਾ ਹੈ ਪਰ ਪਰਮਾਤਮਾ ਸੱਚਾ ਹੈ ਅਤੇ ਉਹਦੇ ਭਗਤ ਸਦੀਵ ਘਰ ਰਹਿਣ ਵਾਸਤੇ ਨੇ। ਇਸ ਕਰਕੇ ਸਾਧ ਸੰਗਤ ਗਿਆਨ ਦੀ ਮੋਟੀ ਜੀ ਉਦਾਹਰਣ ਇਹ ਵੀ ਸੰਸਾਰ 'ਤੇ ਜੋ ਕੁਝ ਵੀ ਆਪਾਂ ਖੁੱਲ੍ਹੀ ਅੱਖ ਨਾਲ ਵੇਖਦੇ ਹਾਂ ਇਹ ਸਾਰਾ ਕੁਝ ਨਾਸ਼ ਹੋ ਜਾਣ ਵਾਲਾ ਹੈ। ਫਿਰ ਮਹਾਰਾਜ ਜੇ ਸਾਰਾ ਕੁਝ ਨਾਸ਼ ਹੋ ਜਾਣ ਵਾਲਾ ਹੈ ਅਤੇ ਤੁਹਾਡੇ ਚਰਨਾਂ ਵਿੱਚੋਂ ਮੰਗੀਏ ਕੀ, ਦੁਨਿਆਵੀ ਪਦਾਰਥਾਂ ਵਿੱਚੋਂ ਜਾਂ ਸਾਡੇ ਸੰਸਾਰੀ ਜੀਵਨ ਜੀਵਾਂ ਵਾਸਤੇ ਜੇ ਕੋਈ ਮੰਗਣ ਵਾਲੀ ਚੀਜ਼ ਆ ਜਾਂ ਮੰਗਾਂ ਵਿੱਚੋਂ ਸ਼੍ਰੋਮਣੀ ਮੰਗ ਕੀਏ, ਅਕਾਲ ਪੁਰਖ ਕਰਤੇ ਕੋਲੋਂ ਅਕਾਲ ਨੂੰ ਹੀ ਮੰਗ ਲੈਣਾ। ਮੈਂ ਫਿਰ ਦੁਹਰਾ ਦਿਆਂ, ਸੰਸਾਰ ਦੇ ਵਿੱਚ ਰਹਿੰਦਿਆਂ ਮੰਗਾਂ ਦੇ ਵਿੱਚੋਂ ਸ਼੍ਰੋਮਣੀ ਮੰਗ ਕੀਏ, ਅਕਾਲ ਪੁਰਖ ਕਰਤੇ ਦੇ ਚਰਨਾਂ ਵਿੱਚੋਂ ਅਕਾਲ ਨੂੰ ਹੀ ਮੰਗ ਲੈਣਾ। ਇਹ ਸਾਧ ਸੰਗਤ ਮੰਗਾਂ ਦੀ ਅਵਧੀ ਏ, ਮੰਗਾਂ ਦੀ ਸ਼੍ਰੋਮਣੀ ਮੰਗ ਏ, ਕਿਉਂਕਿ ਸਾਧ ਸੰਗਤ ਜਿੱਥੇ ਰੁੱਖ ਆ ਜਾਵੇ ਉੱਥੇ ਛਾਂ ਵੀ ਆ ਜਾਵੇਗੀ, ਉੱਥੇ ਪੱਤੇ ਵੀ ਆ ਜਾਣਗੇ, ਉੱਥੇ ਫਲ ਵੀ ਆ ਜਾਣਗੇ, ਉੱਥੇ ਸਾਰਾ ਕੁਝ ਹੀ ਆ ਜਾਣਾ। ਪਰ ਕਹਿੰਦੇ ਸੰਸਾਰ ਕੀ ਮੰਗਦਾ ਏ, ਜੋ ਮੰਗੇ ਤੋ ਮੰਗੇ ਬੀਆ, ਬੀਆ ਤੋਂ ਭਾਵ ਨਾਸ਼ ਹੋ ਜਾਣ ਵਾਲਾ। ਜੇ ਅੱਜ ਮੈਂ ਪੁੱਤਰ ਦੀ ਮੰਗ ਕਰਦਾ ਪਰਮਾਤਮਾ ਤੋਂ, ਤਾਂ ਪਹਿਲੋਂ ਲੋਕ ਪੁੱਤਰ ਮੰਗਦੇ ਆਏ ਨੇ ਸੰਸਾਰ 'ਤੇ, ਕਰੋੜਾਂ ਨੂੰ ਮਾਰਿਆ ਨੇ ਪੁੱਤਰ ਦੀ ਦਾਤ ਦਿੱਤੀ ਹੈ। ਜੇ ਮੈਂ ਅੱਜ ਗੱਡੀ ਮੰਗਦਾ ਤਾਂ ਪਤਾ ਨਹੀਂ ਬੇਅੰਤ ਨੇ ਪਹਿਲੋਂ ਗੱਡੀਆਂ ਮੰਗੀਆਂ, ਜੇ ਮੈਂ ਘਰ ਦੀ ਮੰਗ ਕਰਦਾ ਹੈ ਤਾਂ ਬੇਅੰਤ ਨੇ ਘਰ ਦੀ ਮੰਗ ਕੀਤੀ, ਜੇ ਮੈਂ ਕਨੇਡਾ ਪੱਕਾ ਹੋਣ ਦੀ ਅਰਦਾਸ ਕਰਦਾ ਤਾਂ ਬੜੇ ਜਾਣੇ ਪੱਕੇ ਹੋਣ ਵਾਸਤੇ ਪਹਿਲੋਂ ਅਰਦਾਸਾਂ ਕਰਦੇ ਰਹਿਣੇ, ਅੱਗੇ ਕਰਦੇ ਰਹਿਣਗੇ। ਇਹ ਤਾਂ ਸੰਸਾਰੀ ਚੀਜ਼ਾਂ ਨੇ, ਅਕਾਲ ਪੁਰਖ ਤੋਂ ਮੰਗਣਾ ਹੈ ਅਤੇ ਅਕਾਲ ਪੁਰਖ ਨੂੰ ਹੀ ਮੰਗਿਆ ਕਰੋ। ਇਹ ਸਾਧ ਸੰਗਤ ਗਿਆਨ ਹੁੰਦਾ ਹੈ, ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ ਹੈ। ਅੱਗੇ ਹੁੰਦਾ ਹੈ ਤੱਤੇ ਤੋਂ ਤਿਆਗ, ਜਦੋਂ ਇਹਨਾਂ ਨੂੰ ਗਿਆਨ ਹੋ ਜਾਂਦਾ ਨੇ ਵੀ ਸੰਸਾਰ ਦੇ ਵਿੱਚ ਸਾਰਾ ਕੋਈ ਤਾਂ ਚਲਾਏ ਮਾਣੇ, ਕੁਝ ਵੀ ਇੱਥੇ ਨਹੀਂ ਰਹਿਣਾ, ਫਿਰ ਸਾਰੇ ਇਹਨੂੰ ਤਿਆਗ ਦਿੰਦੇ ਨੇ, ਆਪਣੇ ਨਿੱਜ ਘਰ ਵਿੱਚ ਨਿੱਜ ਬਿਰਤੀ ਵਿੱਚ ਟਿਕ ਜਾਂਦੇ ਨੇ। ਇੱਦਾਂ ਦੀ ਸਾਧ ਸੰਗਤ ਅਵਸਥਾ ਹੈ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਲ ਅਵਸਥਾ ਦੇ ਵਿੱਚ। ਨਾਨਾ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਦਿਨ ਪਲੰਘੇ ਉੱਪਰ ਬੈਠੇ ਨੇ ਅਤੇ ਬਾਹਰੋਂ ਦਰਵਾਜ਼ਾ ਬੰਦ ਏ, ਅੰਦਰ ਮਹਾਰਾਜ ਸਾਹਿਬ ਬੰਦਗੀ ਕਰਦੇ ਨੇ, ਅੰਦਰ ਜਾਣ ਦੀ ਕਿਸੇ ਨੂੰ ਆਗਿਆ ਨਹੀਂ। ਮਾਤਾ ਭਾਨੀ ਜੀ ਰਸੋਈ ਵਿੱਚ ਕੰਮ ਕਾਰ ਕਰਦੇ ਨੇ ਅਤੇ ਧਿਆਨ ਰੱਖਦੇ ਨੇ ਵੀ ਬਾਲਕ ਅਰਜਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਪਿਤਾ ਗੁਰੂ ਜੀ ਨੂੰ ਜਾ ਕੇ ਡਿਸਟਰਬ ਨਾ ਕਰੇ। ਪਰ ਸਾਧ ਸੰਗਤ ਬਾਲਕ ਨੇ ਦਰਵਾਜ਼ਾ ਖੋਲ੍ਹਿਆ, ਇੱਥੇ ਇੱਕ ਵਿਦਵਾਨ ਲਿਖਦਾ ਹੈ ਵੀ ਪਹਿਲਾਂ ਸਤਿਗੁਰਾਂ ਨੇ ਇੱਕ ਹੱਥ ਦੇ ਨਾਲ ਦਰਵਾਜ਼ਾ ਖੋਲ੍ਹਿਆ, ਦੋਵੇਂ ਗੋਡੇ ਮੂਧੇ ਮਾਰੇ, ਇੱਕ ਹੱਥ ਥੱਲੇ ਰੱਖਿਆ ਅਤੇ ਇੱਕ ਹੱਥ ਨਾਲ ਦਰਵਾਜ਼ਾ ਖੋਲ੍ਹਦੇ ਨੇ, ਦਰਵਾਜ਼ਾ ਨਹੀਂ ਖੁੱਲ੍ਹਾ। ਫਿਰ ਦੋਵਾਂ ਹੱਥਾਂ ਦੇ ਨਾਲ ਦੋਵੇਂ ਗੋਠ ਮੂਧੇ ਮਾਰ ਕੇ ਦਰਵਾਜ਼ਾ ਖੋਲ੍ਹਦੇ ਨੇ, ਨਹੀਂ ਖੁੱਲ੍ਹਾ। ਤੀਜੀ ਵਾਰ ਦੋਵਾਂ ਹੱਥਾਂ ਦਾ ਜ਼ੋਰ ਅਤੇ ਨਾਲ ਸਿਰ ਦਾ ਜ਼ੋਰ ਮਾਰਿਆ ਉਸ ਬਾਲਕ ਨੇ, ਦਰਵਾਜ਼ਾ ਖੁੱਲ੍ਹ ਗਿਆ, ਅੰਦਰ ਚਲੇ ਗਏ। ਅੰਦਰ ਜਾ ਕਰਕੇ ਪੀੜ੍ਹੀ ਨੂੰ ਹੱਥ ਪਾ ਲਿਆ, ਜਿਹੜੇ ਆਸਣ 'ਤੇ ਮਹਾਰਾਜ ਸਾਹਿਬ ਬੈਠੇ ਨੇ ਨਾ ਗੁਰੂ ਅਮਰਦਾਸ ਸਾਹਿਬ ਜੀ, ਉਸ ਆਸਣ ਨੂੰ, ਉਸ ਪੀੜ੍ਹੀ ਨੂੰ ਹੱਥ ਪਾ ਲਿਆ। ਮਹਾਰਾਜ ਕਹਿੰਦੇ ਠਹਿਰ ਹੋਏ ਵਾਰਸਾ, ਜਿਹੜੀ ਵਸਤੂ ਆ ਸਾਡੇ ਤੋਂ ਮੰਗਦਾ ਪਿਆ ਹੈ ਨਾ, ਇਹ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਤੋਂ ਮੰਗ ਕਰੀ। ਦੂਜੀ ਘਟਨਾ ਵਿਦਵਾਨਾਂ ਨੇ ਲਿਖੀ ਇਹ ਵੀ ਇੱਕ ਵਾਰ ਸਤਿਗੁਰੂ ਜੀ ਪ੍ਰਸ਼ਾਦਾ ਛਕ ਰਹੇ ਨੇ, ਬਾਲਕ ਨੇ ਖੇਡਦਿਆਂ ਖੇਡਦਿਆਂ ਜਾ ਕੇ ਥਾਲ ਨੂੰ ਹੱਥ ਪਾ ਲਿਆ,
ਮਹਾਰਾਜ ਕਹਿੰਦੇ ਥੈਲ ਉਹ ਥਾਲ ਦਿਆ ਵਾਰਸਾ, ਤੂੰ ਸੇ ਐਸਾ ਥਾਲ ਥਾਪੇਗਾ ਜਿਸ ਵਿੱਚੋਂ ਪ੍ਰਸ਼ਾਦਾ ਸੱਕ ਕੇ ਸਾਰਾ ਸੰਸਾਰੀ ਮੁਕਤ ਹੋ ਜਾਵੇਗਾ। ਉਹ ਕਿਹੜਾ ਥਾਲ ਸੀ? ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਬਚਪਨ ਦੇ ਵਿੱਚ ਸਾਧ ਸੰਗਤ, ਨਾਨਾ ਗੁਰੂ ਨੇ ਬਚਨ ਕਰ ਦਿੱਤੇ, ਦੋਹਿਤਾ ਬਾਣੀ ਕਾ ਬੋਹਿਤਾ, ਸਮੇਂ ਨੇ ਸਾਧ ਸੰਗਤ ਕਰਵਟ ਖਾਧੀ। ਬਾਬਾ ਮਹਾਂਦੇਵ ਵੀ ਜਵਾਨੀ ਵਾਲੀ ਅਵਸਥਾ ਵਿੱਚ ਨੇ, ਪ੍ਰਿਥੀ ਚੰਦ ਵੀ ਜਵਾਨੀ ਵਾਲੀ ਅਵਸਥਾ ਵਿੱਚ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਿਆਂ ਤੋਂ ਛੋਟੇ ਨੇ। ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਗੁਰੂ ਕੇ ਚੱਖ ਵਿਖੇ ਚਲੇ ਗਏ ਨੇ, ਉੱਥੇ ਜਾ ਕਰਕੇ ਪਾਵਨ ਸਰੋਵਰ ਦੀ ਸੇਵਾ ਸ਼ੁਰੂ ਕਰ ਦਿੱਤੀ। ਉੱਥੇ ਬਾਜ਼ਾਰ ਵਿਛਾ ਦਿੱਤੇ ਮਹਾਰਾਜ ਸਾਹਿਬ ਨੇ, ਉੱਥੇ ਸਰਾਵਾਂ ਮਨ ਲੱਗੀਆਂ ਯਾਤਰੂਆਂ ਦੇ ਆਉਣ ਵਾਸਤੇ, ਜਿੰਨਾ ਵੀ ਪ੍ਰਬੰਧਕ ਢਾਂਚਾ ਏ ਉਹ ਪ੍ਰਿਥੀ ਚੰਦ ਕੋਲ ਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਨਾਲ ਮਦਦ ਕਰਾਉਂਦੇ ਨੇ, ਅਤੇ ਜਿਹੜੇ ਬਾਬਾ ਮਹਾਂਦੇਵ ਜੀ ਨੇ ਉਹਨਾਂ ਦੀ ਬੇਨਤੀ ਸੰਸਾਰ ਵੱਲੋਂ ਉਪਰਾਮ ਏ। ਉਹ ਆਪਣੇ ਆਪ ਵਿੱਚ ਮਸਤ ਰਹਿੰਦੇ ਨੇ, ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ ਨੇ, ਦੁਨਿਆਵੀ ਚੀਜ਼ਾਂ ਨਾਲ ਦੁਨਿਆਵੀ ਕਾਰ ਵਿਹਾਰ ਨਾਲ ਉਹਨਾਂ ਨੂੰ ਕੋਈ ਵੀ ਵਾਹ ਵਾਸਤਾ ਨਹੀਂ। ਇੱਧਰੋਂ ਬਾਬਾ ਸਹਾਰੀ ਮੱਲ ਜੀ, ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਇਆ ਜੀ ਦੇ ਬੇਟੇ ਨੇ, ਲਾਹੌਰ ਤੋਂ ਆਏ ਨੇ, ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਪੁੱਤਰ ਦਾ ਵਿਆਹ ਏ, ਅਤੇ ਮੇਰੇ ਮਨ ਦੇ ਵਿੱਚ ਚਾਹ ਏ ਕਿ ਆਪ ਜੀ ਕਿਰਪਾ ਕਰਕੇ ਉਸ ਵਿਆਹ ਦੇ ਵਿੱਚ ਸ਼ਿਰਕਤ ਕਰੋ, ਆਪ ਜੀ ਵੀ ਆਨੰਦ ਕਾਰਜ ਵਿੱਚ ਆਓ ਅਤੇ ਸਾਰੇ ਇਲਾਕੇ ਵਿੱਚ ਮੇਰੀ ਇੱਜ਼ਤ ਬਣ ਜਾਵੇਗੀ, ਮੈਨੂੰ ਮਾਣ ਹੋਵੇਗਾ। ਮਹਾਰਾਜ ਸਾਹਿਬ ਕਹਿਣ ਲੱਗੇ, ਕੋਈ ਨਹੀਂ, ਪ੍ਰਸ਼ਾਦਾ ਪਾਣੀ ਛਕੋ, ਰਾਤ ਦਾ ਵਿਸ਼ਰਾਮ ਕਰੋ, ਆਪਾਂ ਗੁਰਮਤਾ ਕਰ ਲੈਂਦੇ ਹਾਂ। ਦਿਨ ਦਾ ਚੜ੍ਹਾਅ ਹੋਇਆ, ਸਹਾਰੀ ਮੱਲ ਜੀ ਫਿਰ ਪਾਸ ਆਏ ਨੇ, ਅਤੇ ਮਹਾਰਾਜ ਸਾਹਿਬ ਕਹਿਣ ਲੱਗੇ, ਅਸੀਂ ਵਿਚਾਰ ਕੀਤੀ ਆ, ਜੇ ਅਸੀਂ ਜਾਈਏ ਤਾਂ ਸਾਡੇ ਨਾਲ ਬੇਅੰਤ ਸੰਗਤਾਂ ਵੀ ਜਾਣਗੀਆਂ, ਉਹਦੇ ਨਾਲ ਵਿਆਹ ਦੇ ਵਿੱਚ ਪ੍ਰਬੰਧ ਬਹੁਤ ਵੱਡਾ ਕਰਨਾ ਪਵੇਗਾ, ਇਸ ਕਰਕੇ ਇੱਥੋਂ ਦੀਆਂ ਵੀ ਬਹੁਤ ਜ਼ਿਆਦੀਆਂ ਜ਼ਿੰਮੇਵਾਰੀਆਂ ਨੇ, ਸਰੋਵਰ ਦੀ ਸੇਵਾ ਚੱਲ ਰਹੀ ਏ, ਨਵੀਆਂ ਸੰਗਤਾਂ ਆ ਕੇ ਵੱਸ ਰਹੀਆਂ ਨੇ, ਨਵੇਂ ਬਾਜ਼ਾਰ ਵਸਾ ਰਹੇ ਹਾਂ, ਇੱਥੇ ਸਾਡੀ ਜਿਹੜਾ ਰਹਿਣਾ ਏ ਸੰਗਤਾਂ ਵਾਸਤੇ ਜ਼ਰੂਰੀ ਏ, ਆਪ ਜੀ ਦੇ ਨਾਲ ਆਪਾਂ ਪ੍ਰਿਥੀ ਚੰਦ ਨੂੰ ਭੇਜ ਦਿੰਦੇ ਹਾਂ, ਕਿਉਂਕਿ ਪ੍ਰਿਥੀ ਚੰਦ ਜੀ ਸਾਰਿਆਂ ਤੋਂ ਵੱਡੇ ਸਨ, ਉਹਨਾਂ ਨੂੰ ਬੁਲਾਇਆ ਗਿਆ। ਜਦੋਂ ਬੁਲਾਇਆ ਤਾਂ ਮਹਾਰਾਜ ਸਾਹਿਬ ਨੇ ਕਿਹਾ ਵੀ ਇਹ ਤੁਹਾਡੇ ਤਾਇਆ ਜੀ ਲੱਗਦੇ ਨੇ, ਸਾਡੇ ਤਾਇਆ ਜੀ ਦੇ ਬੇਟੇ ਨੇ, ਸਾਡੇ ਭਰਾ ਨੇ, ਜਿਵੇਂ ਇਹਨਾਂ ਦੇ ਪਿਤਾ ਜੀ ਸਾਡੇ ਤਾਇਆ ਜੀ ਲੱਗਦੇ ਸਨ, ਇਸ ਤਰ੍ਹਾਂ ਇਹ ਤੁਹਾਡੇ ਤਾਇਆ ਜੀ ਲੱਗਦੇ ਨੇ, ਇਹਨਾਂ ਦੇ ਪੁੱਤਰ ਦਾ ਵਿਆਹ ਹੈ ਅਤੇ ਬੜੇ ਚਾਅ ਦੇ ਨਾਲ ਆਪਾਂ ਨੂੰ ਲੈਣ ਵਾਸਤੇ ਆਏ ਨੇ, ਤੁਸੀਂ ਇਹਨਾਂ ਨਾਲ ਚਲੇ ਜਾਓ। ਪ੍ਰਿਥੀ ਚੰਦ ਅੱਗੋਂ ਕੁਝ ਨਹੀਂ ਬੋਲਿਆ, ਲੰਮਾ ਸਮਾਂ ਚੁੱਪ ਕਰਕੇ ਬੈਠਾ ਰਿਹਾ। ਮਹਾਰਾਜ ਸਾਹਿਬ ਜਾਣ ਗਿਆ ਵੀ ਇਹਦੀ ਨੀਂਦ ਦੇ ਵਿੱਚ ਖੋਟ ਏ, ਸੋਚਦਾ ਰਿਹਾ ਵੀ ਜੇ ਮੈਂ ਇੱਥੋਂ ਜਾਂਦਾ ਏ ਅਤੇ ਜਿੰਨੀ ਵੀ ਮਾਇਆ ਆਉਂਦੀ ਆ ਉਹ ਸਾਰੀ ਛੋਟੇ ਦੇ ਹੱਥ ਸਿਰ ਅਰਜਨ ਦੇ ਹੱਥ ਲੱਗ ਜਾਵੇਗੀ, ਜਿੰਨੀ ਜ਼ਿੰਮੇਵਾਰੀ ਮੈਂ ਨਿਭਾ ਰਿਹਾ, ਜਿੰਨੀ ਮੇਰੀ ਜਾਣ ਪਛਾਣ ਆ ਉਨੀ ਜਾਣ ਪਛਾਣ ਉਹਦੀ ਬਣ ਜਾਵੇਗੀ। ਹੋ ਸਕਦਾ ਹੈ ਪਿਤਾ ਗੁਰੂ ਜੀ ਦਾ ਮਨ ਬਣ ਜਾਵੇ ਅਤੇ ਮਗਰੋਂ ਮੇਰੇ ਤੋਂ ਉਹਨੂੰ ਗੁਰਤਾ ਗੱਦੀ ਦਾ ਵਾਰਸੀ ਨਾ ਥਾਪ ਦੇਣ, ਇਸ ਕਰਕੇ ਚੁੱਪ ਰਹੇ। ਸਤਿਗੁਰਾਂ ਨੇ ਸਮਝ ਲਿਆ ਵੀ ਨਹੀਂ, ਇਹਦਾ ਜਿਹੜਾ ਜਵਾਬ ਹੈ ਨਾ ਪੱਖੀਏ। ਬਾਬਾ ਮਹਾਂਦੇਵ ਜੀ ਨੂੰ ਬੁਲਾਇਆ, ਉਹ ਆਏ, ਆ ਕਰਕੇ ਨਮਸਕਾਰ ਕਰਕੇ ਬੈਠ ਗਏ। ਮਹਾਰਾਜ ਸਾਹਿਬ ਨੇ ਉਹੀ ਜਿਹੜਾ ਸਵਾਲ ਸੀ ਮਹਾਂਦੇਵ ਜੀ ਨੂੰ ਦੁਹਰਾਇਆ ਵੀ ਲਾਹੌਰ ਆ ਤੁਹਾਡੇ ਤਾਇਆ ਜੀ ਨੇ, ਸਹਾਰੀ ਮੱਲ ਜੀ ਇਹਨਾਂ ਦੇ ਬੇਟੇ ਦੀ ਸ਼ਾਦੀ ਵਾਸਤੇ ਜਾਣਾ ਹੈ। ਉਹਨੇ ਦੋ ਅਰਫਾਂ ਦੇ ਵਿੱਚ ਜਵਾਬ ਦੇ ਦਿੱਤਾ ਵੀ ਮੈਨੂੰ ਸੰਸਾਰਕ ਰਿਸ਼ਤੇ ਦਾ ਨਾਤਿਆਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਮੈਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ, ਮੈਂ ਨਹੀਂ ਜਾ ਸਕਦਾ। ਹੁਣ ਵਾਰੀ ਆਈ ਸ੍ਰੀ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਅਤੇ ਮਹਾਰਾਜ ਸਾਹਿਬ ਜਵਾਬ ਦੇਣ ਦੀ ਗੱਲ ਤਾਂ ਬਹੁਤ ਦੂਰ ਦੀ ਏ, ਮਹਾਰਾਜ ਸਤਿਗੁਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਨਹੀਂ ਸੀ ਪਾਇਆ ਕਰਦੇ, ਦੋਵੇਂ ਹੱਥ ਜੋੜੇ ਨੇਤਰ ਥੱਲੇ ਕੀਤੇ ਨੇ, ਸਤਿਗੁਰਾਂ ਦੇ ਚਰਨਾਂ ਵੱਲ ਵੇਖੀ ਜਾਂਦੇ ਨੇ, ਅਤੇ ਜੋ ਵੀ ਪਾਤਸ਼ਾਹ ਕਹਿੰਦੇ ਨੇ ਸਤਿਬਚਨ ਜੀ ਸਤਿਬਚਨ ਜੀ ਸਤਿਬਚਨ ਜੀ, ਜਿੱਦਾਂ ਆਪ ਜੀ ਦੀ ਆ ਗਿਆ ਇੱਦਾਂ ਕਹਿ ਕੇ ਹੁਕਮ ਮੰਨ ਕੇ ਜਦੋਂ ਤੁਰ ਲੱਗੇ ਤਾਂ ਮਹਾਰਾਜ ਸਾਹਿਬ ਨੇ ਆਵਾਜ਼ ਮਾਰੀ, ਕਹਿਣ ਲੱਗੇ ਗੱਲ ਸੁਣੋ, ਜਿੰਨਾ ਚਿਰ ਅਸੀਂ ਬੁਲਾਈਏ ਨਾ ਉਨਾ ਚਿਰ ਵਾਪਸ ਨਹੀਂ ਜੀ ਆਉਣਾ, ਅਤੇ ਸਾਧ ਸੰਗਤ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਨਾ ਰਹਿ ਸਕਦੀ, ਮੱਛੀ ਦਾ ਜੀਵਨ ਪਾਣੀ ਹੈ,
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ, ਗੁਰੂ ਰਾਮਦਾਸ ਸਾਹਿਬ ਜੀ ਦੀ, ਉਹਨਾਂ ਦੇ ਦਰਸ਼ਨ ਕਰਕੇ ਜੀਆ ਕਰਦੇ ਸਨ, ਉਹਨਾਂ ਦੀ ਸੰਗਤ ਕਰਕੇ ਆਨੰਦ ਪ੍ਰਾਪਤ ਹੁੰਦਾ ਸੀ, ਪਰ ਫਿਰ ਵੀ ਹੁਕਮ ਮੰਨ ਕੇ, ਭਾਣਾ ਮੰਨ ਕੇ, ਆਗਿਆ ਮੰਨ ਕੇ ਚੱਲ ਪਏ ਨੇ, ਵਿਆਹ ਵਿੱਚ ਪਹੁੰਚੇ ਨੇ। ਅਤੇ ਉੱਥੇ ਸਹਾਰੀ ਮੱਲ ਜੀ ਨੇ ਸਪੈਸ਼ਲ ਕਈਆਂ ਬਾਲਕਾਂ ਦੀ ਡਿਊਟੀ ਲਾ ਦਿੱਤੀ, ਜਿਹੜੇ ਸਤਿਗੁਰਾਂ ਦੇ ਹਾਣ ਪ੍ਰਵਾਨ ਸਨ, ਵੀ ਤੁਸੀਂ ਇਹਨਾਂ ਦਾ ਦਿਲ ਲਾ ਕੇ ਰੱਖਣਾ ਹੈ। ਪਰ ਦਿਲ ਕਿੱਥੋਂ ਲੱਗੇ? ਦਿਲ ਗੁਰੂ ਰਾਮਦਾਸ ਸਾਹਿਬ ਜੀ ਨਾਲ ਲੱਗਾ ਹੈ, ਹੋਰ ਕਿਸੇ ਨਾਲ ਨਹੀਂ ਲੱਗ ਸਕਦਾ। ਬਾਲਕ ਬਹੁਤ ਕੁਝ ਕਹਿੰਦੇ ਨੇ, ਬੜਾ ਖਿਡਾਉਣ ਦਾ ਯਤਨ ਕਰਦੇ ਨੇ, ਪਰ ਖੇਡਾਂ ਵਿੱਚ ਮਨ ਕਿੱਥੇ ਲੱਗਦਾ ਹੈ? ਬਾਕੀ ਸਾਰੇ ਸਾਧ ਸੰਗਤ ਵਿਆਹ ਦੇ ਵਿੱਚ, ਤਮਾਸ਼ਿਆਂ ਵਿੱਚ, ਹਾਸੇ ਖੇਡੇ ਵਿੱਚ ਲੱਗੇ ਰਹੇ, ਪਰ ਸਤਿਗੁਰੂ ਜੀ ਪਰਮਾਤਮਾ ਦੀ ਬੰਦਗੀ ਵਿੱਚ ਲਿਵਲੀਨ ਰਹਿੰਦੇ, ਸਾਰਿਆਂ ਦੇ ਵਿੱਚ ਹੁੰਦੇ ਹੋਏ ਵੀ ਉਪਰਾਮ ਰਹਿੰਦੇ। ਇਸ ਤਰ੍ਹਾਂ ਸਾਧ ਸੰਗਤ ਜਦੋਂ ਵਿਆਹ ਬੀਤ ਗਿਆ ਅਤੇ ਵਾਰ ਵਾਰ ਯਾਦ ਕਰਦੇ ਨੇ, ਸ਼ਾਇਦ ਸਤਿਗੁਰੂ ਜੀ ਕੋਈ ਸੁਨੇਹਾ ਭੇਜ ਦੇਣ। ਜਦੋਂ ਕੋਈ ਸੁਨੇਹਾ ਨਹੀਂ ਨਾ ਆਇਆ, ਫਿਰ ਮਹਾਰਾਜ ਨੇ ਇੱਕ ਚਿੱਠੀ ਲਿਖੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਣਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਭੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਪਹਿਲੀ ਚਿੱਠੀ ਗਈ ਇੱਕ ਗੁਰਸਿੱਖ ਨੂੰ ਖੜੀ, ਉਹਨੂੰ ਪੱਕਿਆਂ ਕਰਕੇ ਭੇਜਿਆ ਵੀ ਸਤਿਗੁਰਾਂ ਨੂੰ ਫੜਾ ਦੇਵੀ। ਉਹ ਚਿੱਠੀ ਸਾਧ ਸੰਗਤ ਪ੍ਰਿਥੀ ਚੰਦ ਦੇ ਹੱਥ ਲੱਗੀ, ਆਪਣੇ ਪਾਸ ਜੇਬ ਵਿੱਚ ਰੱਖ ਲਈ। ਸਤਿਗੁਰੂ ਜੀ ਚੁਬਾਰੇ 'ਤੇ ਚੜ੍ਹ ਜਾਂਦੇ ਨੇ ਅਤੇ ਉਸ ਚਿੱਠੀ ਦਾ ਆਵਾਜ਼ ਉਡੀਕਦੇ ਰਹਿੰਦੇ ਨੇ ਵੀ ਚਿੱਠੀ ਦਾ ਕੋਈ ਜਵਾਬ ਆ ਜਾਵੇ। ਜਦੋਂ ਨਹੀਂ ਆਇਆ, ਫਿਰ ਦੂਜੀ ਲਿਖੀ, ਤੇਰਾ ਮੁੱਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ, ਚਿਰ ਹੋਵਾ ਦੇਖਿਆ ਸਾਰੰਗ ਪਾਣੀ, ਧਨ ਸੋ ਦੇ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਾਂ ਘੋਲੀ ਹਾਂ ਘੋਲ ਘੁਮਾਈ, ਗੁਰਸੱਜਣ ਮੀਤ ਮੁਰਾਰੇ ਜੀਓ। ਦੂਜੀ ਚਿੱਠੀ ਦਾ ਵੀ ਕੋਈ ਜਵਾਬ ਨਹੀਂ ਆਇਆ। ਕਿੱਥੇ ਪਹੁੰਚੀ? ਪ੍ਰਿਥੀ ਚੰਦ ਕੋਲ ਪਹੁੰਚ ਗਈ, ਉਹਨੇ ਫਿਰ ਗੁੰਮ ਕਰ ਲਈ। ਸੋਚਦਾ ਇਹ ਵੀ ਜੇ ਏਡੀ ਵਧੀਆ, ਏਡੀ ਅਲੌਕਿਕ, ਏਡੀ ਅਸ਼ਚਰਜ ਰਚਨਾ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਕੋਲ ਪਹੁੰਚ ਗਈ ਤਾਂ ਗੁਰਤਾ ਗੱਦੀ ਛੋਟੇ ਦੀ ਏ, ਇਸ ਕਰਕੇ ਕੋਈ ਵੀ ਹੀਲਾ ਕਰਨਾ ਪਵੇ ਉਹਨਾਂ ਤੱਕ ਨਹੀਂ ਪਹੁੰਚਣ ਦੇਣੀ। ਸਾਧ ਸੰਗਤ ਜਦੋਂ ਦੂਜੀ ਚਿੱਠੀ ਦਾ ਜਵਾਬ ਨਹੀਂ ਆਇਆ, ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹੇ। ਇਹ ਨਹੀਂ ਵੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਚਿੱਠੀਆਂ ਤੋਂ ਅਣਜਾਣ ਨੇ, ਪਰ ਪ੍ਰੀਖਿਆ ਹੋ ਰਹੀ ਹੈ ਸਾਧ ਸੰਗਤ ਵੀ ਵਾਕਿਆ ਭਗਤੀ ਭਾਵ ਵਿੱਚ, ਭਾਵਨਾ ਵਿੱਚ, ਪ੍ਰੇਮ ਵਿੱਚ ਨਿਪੁੰਨ ਨੇ, ਆਗਿਆ ਵਿੱਚ ਰਹਿਣਾ ਆਉਂਦਾ ਇਹਨਾਂ ਨੂੰ? ਦੂਜੀ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਤੀਜੀ ਚਿੱਠੀ ਫਿਰ ਲਿਖ ਦਿੱਤੀ ਹੈ, ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੈ ਗੁਰਦਰਬਾਰੇ ਜੀਓ, ਹਉ ਭੋਲੀ ਜੀਓ ਘੋਲ ਘੁਮਾਈ, ਅਤੇ ਸੱਚੇ ਗੁਰਦਰਬਾਰੇ ਜੀਓ। ਅਤੇ ਨਾਲ ਉਸ ਗੁਰਸਿੱਖ ਨੂੰ ਕਿਹਾ, ਭਾਈ ਮੇਰਾ ਇੱਕ ਤਰਲਾ ਹੈ, ਮੇਰੀ ਇੱਕ ਬੇਨਤੀ ਹੈ ਤੇਰੇ ਅੱਗੇ, ਇਹ ਚਿੱਠੀ ਕਿਸੇ ਗੈਰ ਦੇ ਹੱਥ ਨੂੰ ਲੱਗੇ, ਇਹ ਮੇਰੇ ਪਾਤਸ਼ਾਹ, ਮੇਰੇ ਸ਼ਹਿਨਸ਼ਾਹ, ਮੇਰੇ ਨੂਰਾਨੀ ਪਿਤਾ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਜਾ ਕਰਕੇ ਦੇਈ। ਉਸ ਗੁਰਸਿੱਖ ਨੇ ਸਾਧ ਸੰਗਤ ਜਦੋਂ ਤੀਜੀ ਚਿੱਠੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪਿਤਾ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਕੀਤੀ, ਸਤਿਗੁਰੂ ਜੀ ਜਾਣ ਗਏ ਵੀ ਇਹ ਤੋਂ ਪਹਿਲਾਂ ਦੋ ਚਿੱਠੀਆਂ ਆ ਚੁੱਕੀਆਂ ਨੇ। ਤੁਰੰਤ ਹੀ ਸਾਧ ਸੰਗਤ ਪਹਿਲਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕਰਕੇ ਲਾਹੌਰ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਲਾਇਆ। ਸਤਿਗੁਰਾਂ ਨੇ ਪਾਤਸ਼ਾਹ ਜੀ ਦਰਸ਼ਨ ਕੀਤੇ ਅਤੇ ਨਾਲ ਚੌਥਾ ਬੰਦ ਉਚਾਰਨ ਕੀਤਾ, ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਵਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਚ ਸਾ ਨਾ ਵਿਛੜਾਂ, ਜਾਂ ਨਾਨਕ ਦਾਸ ਤੁਮਾਰੇ ਜੀਓ, ਹਾਂ ਘੋਲੀ ਜੀਓ ਘੋਲ ਘੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ। ਇੱਧਰੋਂ ਸਾਧ ਸੰਗਤ ਜਦੋਂ ਪ੍ਰਿਥੀ ਚੰਦ ਨੂੰ ਬੁਲਾਇਆ, ਪੁੱਛਿਆ ਵੀ ਤੂੰ ਚਿੱਠੀਆਂ ਦੋ ਕਿਉਂ ਲੁਕੋਈਆਂ? ਕਹਿੰਦਾ ਮੈਨੂੰ ਤਾਂ ਚਿੱਠੀਆਂ ਦਾ ਪਤਾ ਨਹੀਂ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਜਦ ਸਤਿਗੁਰਾਂ ਨੇ ਕਹਿ ਕਰਕੇ ਪ੍ਰਿਥੀ ਚੰਦ ਦੀ ਤਲਾਸ਼ੀ ਲਈ ਅਤੇ ਉਹਦੀ ਜੇਬ ਦੇ ਵਿੱਚੋਂ ਚਿੱਠੀਆਂ ਨਿਕਲਾਈਆਂ, ਪਰ ਸਤਿਗੁਰਾਂ ਨੇ ਕਿਹਾ ਝੂਠ ਬੋਲਣਾ ਸਿੱਖ ਦਾ ਕੰਮ ਨਹੀਂ, ਕਾਹਦੇ ਵਾਸਤੇ ਝੂਠ ਬੋਲਦਾ ਹੈ? ਇਹਨਾਂ ਨੇ ਕਦੀ ਤੇਰੇ ਨਾਲ ਈਰਖਾ ਨਹੀਂ ਕੀਤੀ ਹੈ ਅਤੇ ਬੜੀ ਨਿਮਰਤਾ ਦੇ ਵਿੱਚ ਰਹਿੰਦੇ ਨੇ, ਇਹਨਾਂ ਦਾ ਬੜਾ ਸਰਲ ਜੀਵਨ ਹੈ। ਹੁਣ ਸਾਧ ਸੰਗਤ ਟਾਈਮ ਹੋ ਗਿਆ ਸਮਾਪਤੀ ਦਾ। ਸਤਿਗੁਰਾਂ ਨੇ ਉਹਨਾਂ ਦੇ ਅੰਦਰ ਦੀ ਹੋਣਹਾਰਤਾ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸ਼ਖਸੀਅਤ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੀ ਪਰਖ ਲਿਆ ਸੀ। ਉੱਥੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਵਿੱਖਤ ਵਚਨ ਕਰ ਦਿੱਤੇ ਸਨ, ਪਰ ਮਹਾਰਾਜ ਨੇ ਫਿਰ ਵੀ ਪਰਚਾ ਪਾ ਕਰਕੇ
ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਾਸ ਹੁੰਦਿਆਂ ਵੇਖਿਆ, ਸਾਰਿਆਂ ਨੂੰ ਵਿਖਾ ਦਿੱਤਾ ਵੀ ਇਸ ਪਰਚੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਹਨ, ਉਹੀ ਇਸ ਗੁਰਤਾ ਗੱਦੀ ਦੇ ਵਾਰਸ ਬਣਦੇ ਲਾਇਕ ਹਨ। ਫਿਰ ਸਤਿਗੁਰਾਂ ਨੂੰ ਚਾਰੇ ਜਾਗੇ ਚੌਂ ਜੁਗੀ ਪੰਚਾਈ ਨਾ ਆਪੇ ਹੋਵਾ, ਆਪੀ ਨੇ ਆਪ ਸਾਜੇ ਹੁਣ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਉੱਗ ਬਣਹੋ ਤੇ ਅੱਥ ਬਣਹੋ ਚਉ ਚੱਕੀ ਕੀਆਂ ਲੋਵਾ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌਂ ਜੁਗੀ ਪੰਚਾਈ ਨਾ ਪਿਓਵਾ। ਪਟ ਸਾਹਿਬਾਂ ਲਿਖਦੇ ਨੇ ਦੇਵਪੁਰੀ ਮੈਂ ਗਇਓ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ, ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪ ਹੈ, ਅਸੁਰ ਗਏ ਤੇ ਭਾਵ ਪਾਪ ਤਿਨ ਭੀਤਰ ਕੰਪ ਹੈ, ਕਾਟੇ ਸੋ ਪਾਪ ਤਿਨ ਨਰਹੁ ਕੇ, ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ, ਗੁਰ ਅਰਜਨ ਕਉ ਦੇ ਆਇਓ। ਐਸੇ ਦੀਨ ਦਿਆਲ ਧੰਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬੇਅੰਤ ਹੀ ਗੁਣ ਬੇਅੰਤ ਹੀ ਪਰਉਪਕਾਰ ਨੇ। ਇੱਕ ਵਿਦਵਾਨ ਲਿਖਦਾ ਹੈ, ਤੇਰੇ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਨੇ, ਆਕਾਸ਼ 'ਤੇ ਚੜ੍ਹੇ ਹੋਏ ਤਾਰੇ ਸਾਇੰਸ ਦਾ ਜੋਗੇ ਜੇ ਕੋਈ ਕਵੇ ਨਾ ਕਿ ਮੈਂ ਗਿਣ ਸਕਦਾ ਹੈ, ਇਹ ਤਾਂ ਮੰਨ ਲਿਆ ਜਾ ਸਕਦਾ ਹੈ, ਉਹ ਵੀ ਵੈਸੇ ਬੜਾ ਕਠਿਨ ਕਾਰਜ ਹੈ। ਪਰ ਜੇ ਕੋਈ ਕਵੇ ਕਿ ਮੈਂ ਸਾਇੰਸ ਦੇ ਯੁੱਗ ਵਿੱਚ ਤਾਰੇ ਗਿਣ ਸਕਦਾ ਹੈ, ਅਤੇ ਕਹਿੰਦੇ ਤਾਰਿਆਂ ਦੀ ਗਿਣਤੀ ਕੀਤੀ ਜਾ ਸਕਦੀ ਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਹਨੇ ਆਪ ਜੀ ਨੇ ਤਾਰਿਆ, ਉਹਨਾਂ ਦੀ ਕੋਈ ਗਿਣਤੀ ਨਹੀਂ। ਇਸ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦਾ ਗੁਰਤਾ ਗਰਦੀ ਪੁਰਬ ਅਤਿ ਸਤਿਕਾਰਯੋਗ ਬਾਬਾ ਜੀ ਬਾਬਾ ਮੰਗਲ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਦੀ ਕਿਰਪਾ ਕਰਨ ਜਿੰਨੀਆਂ ਵੀ ਸੰਗਤਾਂ ਨੇ ਸਤਿਗੁਰਾਂ ਦੇ ਹਜ਼ੂਰ ਹਾਜ਼ਰੀ ਭਰੀ ਹੈ, ਸਤਿਗੁਰੂ ਜੀ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ। ਇੱਕ ਅਰਦਾਸ ਸਾਡੇ ਵਾਸਤੇ ਵੀ ਕਰਿਆ ਕਰੋ, ਜੋ ਕਹਿੰਦੇ ਹਾਂ ਉਹ ਕਵਾਉਣ ਦੀ ਜਾਚ ਆ ਜਾਵੇ। ਸਤਿਗੁਰੂ ਦੀ ਕਿਰਪਾ ਕਰਨ ਮਨ ਬਚਨ ਅਤੇ ਕਰਮਾਂ ਕਰਕੇ ਇੱਕੋ ਜਿਹੇ ਹੋ ਜਾਈਏ, ਤਾਂ ਜੋ ਉਸ ਸੱਚੇ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਸਕੀਏ। ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਕਰ ਗਿਆ ਹੋਵਾਂਗਾ, ਆਪ ਸਾਧ ਸੰਗਤ ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ ਜੀ। ਆਓ ਫਤਿਹ ਬੁਲਾਈਏ ਜੀ, ਗੱਜ ਕੇ ਪ੍ਰੇਮ ਦਾ ਸਬੂਤ ਦਿੰਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਗੁਰਜੰਟ ਸਿੰਘ ਜੀ ਹੈੱਡ।